ਪ੍ਰਾਰਥਨਾ ਮੈਂ ਇੱਥੋਂ ਸ਼ੁਰੂ ਕਰਾਂਗਾ। ਜਿਸ ਸੂਰਬੀਰ ਦਾ ਅੱਜ ਆਪਾਂ ਜ਼ਿਕਰ ਕਰਨਾ ਹੈ, ਉਹਦਾ ਪਿੰਡ ਹੈ ਲਾਹੌਰ ਦੇ ਲਾਗੇ, ਜਿਹਦਾ ਨਾਮ ਹੈ ਆਲੂ। ਤੇ ਆਲੂ ਪਿੰਡ ਵਿੱਚੋਂ ਭਾਈ ਬਦਰ ਸਿੰਘ ਤੇ ਉਹਦੀ ਘਰਵਾਲੀ ਦੋਨਾਂ ਜੀਆਂ ਨੇ ਮਨ ਬਣਾ ਲਿਆ ਭਾਈ ਕਲਗੀ ਵਾਲੇ ਪਾਤਸ਼ਾਹ ਮਹਾਰਾਜ ਦੇ ਦਰਸ਼ਨ ਕਰਕੇ ਆਉਣੇ ਅਨੰਦਪੁਰ ਸਾਹਿਬ ਦੀ ਧਰਤੀ ਵਿੱਚ। ਗੱਲ ਯਾਦ ਰੱਖਿਓ, ਦਾਤ ਗੁਰੂ ਕੋਲੋਂ ਮਿਲਦੀ ਹੈ, ਕਿਸੇ ਬੰਦੇ ਕੋਲੋਂ ਨਹੀਂ ਮਿਲਦੀ। ਇਹ ਗੱਲ ਭਾਈ ਸਾਹਿਬ ਵੀ ਕਹਿ ਗਏ ਤੇ ਮੈਂ ਉਸੇ ਵਿਸ਼ੇ ਨੂੰ ਹੀ ਅੱਗੇ ਲੈ ਕੇ ਤੁਰਨਾ। ਬੰਦਾ ਹੈ ਮਲ ਮੂਤਰ ਦਾ ਥੈਲਾ, ਬੰਦੇ ਕੋਲੋਂ ਕੁਝ ਨਹੀਂ ਮਿਲ ਸਕਦਾ। ਹਾਂ ਇੱਕ ਗੱਲ ਹੈਗੀ ਹੈ, ਮਾਇਆ ਵੀ ਲੁਟਾ ਸਕਦੇ ਹੈ, ਸਰੀਰਕ ਸ਼ੋਸ਼ਣ ਵੀ ਹੋ ਸਕਦਾ ਹੈ, ਆਉਣ ਵਾਲੀਆਂ ਪੀੜ੍ਹੀਆਂ ਵੀ ਬੰਦੇ ਦੀਆਂ ਗੁਲਾਮ ਬਣ ਕੇ ਰਹਿ ਜਾਣਗੀਆਂ ਜੇ ਤੁਸੀਂ ਆਖੋਗੇ ਨਾ। ਤੇ ਮੈਂ ਤੁਹਾਨੂੰ ਇਹੋ ਜਿਹੇ ਬੰਦੇ ਗਿਣਾ ਸਕਦਾ ਜਿਨ੍ਹਾਂ ਨੇ ਸਾਰੀਆਂ ਪੀੜ੍ਹੀਆਂ ਤਿੰਨ ਤਿੰਨ ਚਾਰ ਚਾਰ ਪਖੰਡੀਆਂ ਦੇ ਪੈਰਾਂ ਵਿੱਚ ਮੱਥੇ ਰਗੜਦਿਆਂ ਗੁਜ਼ਾਰ ਦਿੱਤੀਆਂ, ਮਿਲਿਆ ਕੁਝ ਨਹੀਂ। ਤੇ ਜੇ ਕਿਤੇ ਤੁਸੀਂ ਆਖੋਗੇ ਨਾ ਵੀ ਉਹ ਵਿਖਾਓ ਜਿਹੜਾ ਪਖੰਡੀ ਦੇ ਕੋਲ ਨਹੀਂ ਗਿਆ, ਗੁਰੂ ਕੋਲ ਆਇਆ ਤੇ ਉਹਨੂੰ ਕੀ ਮਿਲਿਆ। ਤੇ ਮੈਂ ਇੱਕ ਤੇ ਹੱਥ ਮਾਰ ਕੇ ਕਹਿੰਦਾ ਹਜ਼ਾਰਾਂ ਬੰਦੇ ਇਹੋ ਜਿਹੇ ਪੇਸ਼ ਕਰ ਦਾਂਗਾ ਜਿਨ੍ਹਾਂ ਦੇ ਕੋਲ ਦੋ ਡੰਗ ਦੀ ਰੋਟੀ ਨਹੀਂ ਸੀ ਖਾਣ ਵਾਸਤੇ, ਪਰ ਜਿਸ ਦਿਨ ਉਹਨਾਂ ਗੁਰੂ ਗ੍ਰੰਥ ਸਾਹਿਬ ਦਾ ਪੱਲਾ ਫੜ ਲਿਆ, ਜਿਸ ਦਿਨ ਉਹ ਗੁਰੂ ਦੇ ਚਰਨਾਂ ਵਿੱਚ ਜੁੜ ਗਏ, ਉਸ ਦਿਨ ਤੋਂ ਬਾਅਦ ਉਹ ਮਾਲਾ ਮਾਲ ਹੋ ਗਏ। ਇੱਕ ਵਾਰ ਗੱਜ ਕੇ ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਉੱਚੀ ਸਾਰੀ ਆਖਿਆ ਕਰੋ, ਮਾਇਆ ਭਾਵੇਂ ਇੱਥੇ ਨਾ ਰੱਖਿਓ, 10-20-50 ਜੀ ਕਰੂ ਤੇ ਤੁਸਾਂ ਦੇ ਜਾਣੇ ਆ, ਕੋਈ ਗੱਲ ਨਹੀਂ। ਐਡਾ ਮੈਂ ਤਿਆਗੀ ਵੀ ਨਹੀਂ, ਜੇ ਦੇ ਦਿਓਗੇ ਤੇ ਫਿਰ ਮੈਂ ਲੈ ਜਾਣੇ ਆ। ਪਰ ਮੈਂ ਬੇਨਤੀ ਇਹ ਕੀਤੀ ਆ ਵੀ ਜੇ ਨਾ ਵੀ ਉੱਠ ਕੇ ਇੱਥੇ ਪੈਸੇ ਰੱਖੇ ਗਏ ਤੇ ਕੋਈ ਗੱਲ ਨਹੀਂ, ਐਸਾ ਫਿਕਰ ਨਾ ਕਰਿਓ। ਸਾਰੇ ਵੀਰ ਤੇ ਭੈਣਾਂ, ਮਾਇਆ ਬਿਨਾਂ ਮੇਰਾ ਵੀ ਸਰ ਸਕਦਾ, ਤੁਹਾਡਾ ਵੀ, ਪਰ ਸਤਨਾਮ ਵਾਹਿਗੁਰੂ ਤੋਂ ਬਿਨਾਂ ਕਿਸੇ ਦਾ ਵੀ ਨਹੀਂ ਸਰਦਾ। ਇਹ ਗੱਜ ਕੇ ਆਖਿਆ ਕਰੋ ਸਤਨਾਮ ਸ਼੍ਰੀ ਵਾਹਿਗੁਰੂ। ਉਹ ਆਲੂ ਪਿੰਡ ਵਿੱਚ ਵੱਸਦਾ ਭਾਈ ਬਦਰ ਸਿੰਘ, ਉਹਦੀ ਘਰ ਵਾਲੀ ਦੋਨਾਂ ਜੀਆਂ ਨੇ ਇੱਕ ਦਿਨ ਵਿਚਾਰ ਬਣਾਈ। ਔਰਤ ਦਾ ਦਿਲ ਪਿਆਰ ਦਾ ਸੋਮਾ ਹੁੰਦਾ ਹੈ। ਕਹਿਣ ਲੱਗੀ, ਪਤੀ ਜੀ, ਇਸ ਵੇਲੇ ਆਨੰਦਾਂ ਦੀ ਪੁਰੀ ਵਿੱਚ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਵੱਸ ਰਹੇ, ਤੇ ਜੇ ਤੁਹਾਡਾ ਹੁਕਮ ਹੋਵੇ ਤੇ ਨਾਲੇ ਦਰਸ਼ਨ ਦੀਦਾਰੇ ਕਰ ਆਈਏ ਤੇ ਨਾਲੇ ਕਿਤੋਂ ਨਾਲੇ ਚਰਨਾਂ ਵਿੱਚ ਜਾ ਕੇ ਅਰਜ ਕਰਕੇ ਆਈਏ, ਤਰਲਾ ਮਾਰ ਕੇ ਆਈਏ, ਸ਼ਾਇਦ ਉੱਥੋਂ ਝੋਲੀ ਵਿੱਚ ਖੈਰ ਪੈ ਜਾਏ। ਤੇ ਭਾਈ ਬਦਰ ਸਿੰਘ ਜੀ ਨੇ ਇਹ ਗੱਲ ਕਹੀ, ਕਹਿੰਦਾ ਭਾਗਾਂ ਵਾਲੀਏ, ਜੇ ਤੇਰੇ ਮਨ ਵਿੱਚ ਇਹ ਤਾਂਘ ਜਾਗੀ ਹੈ ਨਾ ਕਿ ਗੁਰੂ ਗੋਬਿੰਦ ਸਿੰਘ ਦੇ ਦਰਸ਼ਨ ਕਰਕੇ ਆਉਣੇ ਆ, ਤੇ ਮੈਂ ਕਦੇ ਵੀ ਨਹੀਂ ਇਨਕਾਰੀ ਹੋ ਸਕਦਾ, ਕਿਵੇਂ ਕਹਿ ਸਕਦਾ ਵੀ ਆਪਾਂ ਜਾਣਾ ਨਹੀਂ, ਚੱਲ ਫਿਰ ਤਿਆਰੀ ਕਰ। ਲੋਕ ਉਦੋਂ ਜਾਂਦੇ ਸੀ ਗੱਡਿਆਂ ਤੇ, ਲੋਕ ਜਾਂਦੇ ਸੀ ਰੱਥਾਂ ਤੇ, ਊਠਾਂ ਤੇ ਘੋੜਿਆਂ ਤੇ ਬਹਿ ਕੇ ਜਾਂਦੇ ਸਨ, ਹੋਰ ਕੋਈ ਵੱਡਾ ਸਾਧਨ ਨਹੀਂ ਸੀ। ਇਹ ਗੱਲ ਚੇਤੇ ਰੱਖਿਓ, ਲਾਹੌਰ ਦੇ ਲਾਗੋਂ ਆਲੂ ਪਿੰਡ ਵਿੱਚੋਂ ਤੁਰੇ ਨੇ ਕੁਝ ਸੰਗਤ ਦੇ ਜੀ, ਉਹਨਾਂ ਵਿੱਚ ਦੋਵੇਂ ਜੀ ਭਾਈ ਬਦਰ ਸਿੰਘ ਤੇ ਉਹਦੀ ਘਰ ਵਾਲੀ ਧਰਮ ਕੌਰ, ਉਹਨਾਂ ਦੋਨਾਂ ਜੀਆਂ ਨੇ ਮੰਜ਼ਲਾਂ ਮਾਰੀਆਂ। ਕਈ ਦਿਨ ਲੱਗ ਗਏ, ਹੌਲੀ ਹੌਲੀ ਚਲਦਿਆਂ ਚਲਦਿਆਂ ਰਸਤੇ ਵਿੱਚ ਪੜਾਅ ਕੀਤੇ, ਜਿੱਥੇ ਰਾਤ ਪੈ ਗਈ ਉੱਥੇ ਧਰਮਸ਼ਾਲਾ ਵਿੱਚ ਰਾਤ ਕੱਟ ਲਈ। ਅਗਲੇ ਦਿਨ ਫਿਰ ਤੁਰ ਪਏ, ਫਿਰ ਜਿੱਥੇ ਕਿ ਜਾ ਕੇ ਰਾਤ ਪਈ, ਕੋਈ ਪ੍ਰਸ਼ਾਦਾ ਪਾਣੀ ਤਿਆਰ ਕੀਤਾ, ਸੰਗਤ ਨੇ ਛਕਿਆ, ਆਰਾਮ ਕੀਤਾ, ਪਰ ਮਨ ਵਿੱਚ ਇੱਕ ਤਾਂਘ ਬਣੀ ਹੋਈ ਸੀ ਕਿ ਕਿਹੜੇ ਵੇਲੇ ਉਹ ਆਨੰਦਾਂ ਦੀ ਪੂਰੀ ਦਿਸ ਪਵੇ, ਮਨ ਨੂੰ ਠੰਡ ਪੈ ਜਾਏ ਜਿੱਥੇ ਗੁਰੂ ਗੋਬਿੰਦ ਸਿੰਘ ਕਲਗੀ ਵਾਲਾ ਪਾਤਸ਼ਾਹ ਬੈਠਾ ਹੋਇਆ। ਯਾਦ ਰੱਖਿਓ, ਆਨੰਦਪੁਰ ਸਾਹਿਬ ਦੀ ਮੁਕੱਦਸ ਧਰਤੀ ਆ ਗਈ, ਉਹ ਜਿਹੜੀ ਮੰਜ਼ਿਲ ਸੀ ਨਾ, ਸਾਰੇ ਥਕੇਵੇਂ ਲੱਥ ਗਏ, ਜਿਹੜੀ ਮਨ ਵਿੱਚ ਮਾਯੂਸੀ ਸੀ,
ਜਿਹੜੀ ਮਨ ਵਿੱਚ ਥਕਾਵਟ ਸੀ ਉਹ ਦੂਰ ਹੋ ਗਈ, ਕਿਉਂਕਿ ਕਲਗੀ ਵਾਲੇ ਪਾਤਸ਼ਾਹ ਦਾ ਦਰਬਾਰ ਸਜਿਆ ਹੋਇਆ। ਕਿਸੇ ਨੇ ਜਾ ਕੇ ਵੇਖਿਆ ਗੁਰੂ ਗੋਬਿੰਦ ਸਿੰਘ ਦੇ ਸੀਸ ਉੱਤੇ ਕਲਗੀ ਲੱਗੀ ਹੋਈ ਹੈ, ਕਿਸੇ ਨੇ ਵੇਖਿਆ ਗੁਰੂ ਗੋਬਿੰਦ ਸਿੰਘ ਦੇ ਸੀਸ ਉੱਤੇ 2.5 ਲੱਖ ਰੁਪਈਏ ਦੀ ਚਾਨਣੀ ਲੱਗੀ ਹੋਈ ਹੈ, ਕਿਸੇ ਬੰਦੇ ਨੇ ਵੇਖਿਆ ਗੁਰੂ ਗੋਬਿੰਦ ਸਿੰਘ ਦੇ ਮੋਢੇ ਉੱਤੇ ਕਮਾਨ ਪਈ ਹੋਈ ਹੈ, ਕਿਸੇ ਨੇ ਜਾ ਕੇ ਦਰਸ਼ਨ ਕੀਤੇ ਕਿ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਦੇ ਦਸਤੇ ਮੁਬਾਰਕ ਉੱਤੇ ਬਾਦ ਬੈਠਾ ਹੋਇਆ, ਕਿਸੇ ਨੇ ਇਹ ਵੇਖਿਆ ਕਿ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦੇ ਸੀਸ ਉੱਤੇ ਪਰ ਸਾਦੇ ਹਾਥੀ ਆਪਣੀ ਸੁੰਡ ਵਿੱਚ ਚੌਰ ਫੜ ਕੇ ਚੌਰ ਕਰ ਰਿਹਾ। ਵੱਖ ਵੱਖ ਗੁਰੂ ਦੇ ਦਰਬਾਰ ਦੀਆਂ ਅਲੌਕਿਕ ਚੀਜ਼ਾਂ ਵੇਖੀਆਂ ਸੰਗਤ ਨੇ, ਪਰ ਇੱਕ ਗੱਲ ਯਾਦ ਰੱਖਿਓ, ਭਾਈ ਬਦਰ ਸਿੰਘ ਤੋਂ ਦੀ ਘਰਵਾਲੀ ਨੇ ਗੁਰੂ ਗੋਬਿੰਦ ਸਿੰਘ ਵੇਖਿਆ। ਕਈ ਵਾਰੀ ਅਸੀਂ ਆਮ ਚੀਜ਼ਾਂ ਵੇਹਨੇ, ਤੁਸੀਂ ਬੰਦੇ ਵੇਖੇ ਹੋਣਗੇ, ਆਨੰਦਪੁਰ ਸਾਹਿਬ ਨੂੰ ਆਪਾਂ ਜਾਈਏ ਨਾ ਤੇ ਮੈਂ ਆਮ ਵੇਖਿਆ, ਹੁਣ ਤੇ ਅਸੀਂ ਜਾਂਦੇ ਹਾਂ ਆਪਣੀਆਂ ਗੱਡੀਆਂ ਤੇ, ਚਲੋ ਬਹੁਤਾ ਧਿਆਨ ਇੱਧਰ ਉੱਧਰ ਨਹੀਂ ਜਾਂਦਾ। 10-15 ਸਾਲ ਪਿਛਾਂ ਚਲੇ ਜਾਓ, 20 ਸਾਲ ਪਿਛਾਂ ਚਲੇ ਜਾਓ, ਤੇ ਟਰੱਕ ਦੇ ਟੂਲ ਉੱਤੇ ਬਹਿ ਕੇ ਅਸੀਂ ਵੀ ਜਾਂਦੇ ਹੁੰਦੇ ਸੀ ਪੜ੍ਹਦਿਆਂ ਦਰਸ਼ਨ ਕਰਨ, ਤੇ ਬੰਦਿਆਂ ਦੇ ਮਨ ਵਿੱਚ ਆਉਣਾ ਵੀ ਉਹ ਨੈਣਾ ਦੇਵੀ ਆ ਗਈ ਹੈ। ਕਿਸੇ ਨੇ ਇਹ ਨਹੀਂ ਕਹਿਣਾ ਭਈ ਉਹ ਗੁਰੂ ਗੋਬਿੰਦ ਸਿੰਘ ਦਾ ਦਰਬਾਰ ਆ ਗਿਆ। ਸਭ ਤੋਂ ਪਹਿਲਾਂ ਪਹਾੜਾਂ ਵੱਲ ਨੂੰ ਧਿਆਨ ਜਾਂਦਾ ਸੀ ਵੀ ਉਹ ਨੈਣਾ ਦੇਵੀ ਆ ਗਿਆ, ਤੇ ਅਸੀਂ ਵੀ ਕਈ ਵਾਰੀ ਸੋਚਣਾ ਵੀ ਜਿੱਥੇ ਆਏ ਹੈ ਉਹਦਾ ਨਾਂ ਨਹੀਂ ਮੂੰਹੋਂ ਨਿਕਲਿਆ, ਵੇਖੋ ਕਿੱਡੇ ਭਾਗ ਛੋਟੇ ਹੈ। ਕਈ ਉੱਥੇ ਜਾ ਕੇ ਵੀ ਵੇਖਦੇ ਆ ਵੀ ਇੱਧਰ ਵੇਖੋ ਕਮਰੇ ਕਿੱਡੇ ਸੋਹਣੇ ਹੈ, ਕੋਈ ਵੇਖਦਾ ਵੀ ਫਰਸ਼ ਬੜਾ ਵਧੀਆ ਲੱਗਾ, ਕੋਈ ਵੇਖਦਾ ਕਿ ਅਨੰਦਪੁਰ ਸਾਹਿਬ ਦੀ ਧਰਤੀ ਵਿੱਚ ਦੁਕਾਨਾਂ ਕਿੱਡੀਆਂ ਸੋਹਣੀਆਂ ਸਜੀਆਂ ਹੋਈਆਂ। ਪਰ ਇੱਕ ਗੱਲ ਯਾਦ ਰੱਖੋ, ਜਿਹੜੇ ਭਾਗਾਂ ਵਾਲੇ ਜਾਂਦੇ ਆ ਨਾ ਉਹ ਇਹਨਾਂ ਚੀਜ਼ਾਂ ਵੱਲ ਝਾਤੀ ਨਹੀਂ ਮਾਰਦੇ, ਉਹ ਵੇਖਦੇ ਵੀ ਇੱਥੇ ਕਲਗੀ ਵਾਲਾ ਵਸਿਆ ਹੋਇਆ ਉਹਦਾ ਚੌਂਕੜਾ ਲੱਗਾ। ਮੈਂ ਰਾਤੀ ਹਰਿਮੰਦਰ ਸਾਹਿਬ ਦਰਸ਼ਨ ਕਰਨ ਗਿਆ ਸੀ ਤੇ ਮੈਂ ਉੱਥੇ ਪਰਿਕਰਮਾ ਵਿੱਚ ਵੇਖਿਆ, ਸਾਥੀ ਮੇਰੇ ਨਾਲ ਸੀ, ਇੱਕ ਭਾਈ ਨੇ ਆਪਣੀਆਂ ਅੱਖਾਂ ਵਧੀਆਂ ਤੇ ਉਹ ਢੋਲ ਆ ਕੇ ਨਾ ਤੇ ਬਾਬਾ ਦੀਪ ਸਿੰਘ ਵਾਲੇ ਬੁੰਗੇ ਦੇ ਪਾਸੇ ਥੋੜ੍ਹਾ ਜਿਹਾ ਅੱਗੇ ਹੋ ਕੇ ਜਿਹੜਾ ਦਰਵਾਜ਼ਾ ਹੈ ਉਹਦੇ ਨਾਲ ਢੋਲ ਆ ਕੇ ਬੈਠਾ ਸੀ ਤੇ ਕੀਰਤਨ ਸੁਣ ਰਿਹਾ ਸੀ। ਇਹ ਕਹਿੰਦੇ ਵੀ ਇਹਨਾਂ ਦੀ ਅੱਖਾਂ ਕੋਈ ਵਧੀਆਂ, ਮੈਂ ਕਿਹਾ ਤੁਸੀਂ ਸਮਝੇ ਨਹੀਂ? ਕਹਿੰਦੇ ਨਹੀਂ, ਪਤਾ ਨਹੀਂ ਲੱਗਾ ਵੀ ਸਾਰੇ ਲੋਕੀ ਲੰਘਦੇ ਆ ਜਾਂਦੇ ਆ ਬੈਠੇ ਵੀ ਹੈ, ਪਰ ਇਸ ਭਾਜੀ ਨੇ ਇਸ ਬਾਬੇ ਨੇ ਅੱਖਾਂ ਆਪਣੀਆਂ ਉੱਤੇ ਪੱਲਾ ਬੱਧਾ ਹੋਇਆ, ਕੀ ਗੱਲ ਹੈ? ਮੈਂ ਕਿਹਾ ਦੁਨੀਆਂ ਦੇ ਰੰਗ ਤਮਾਸ਼ੇ ਨਹੀਂ ਵੇਖਣੇ ਚਾਹੁੰਦਾ, ਇਹ ਨਹੀਂ ਵੇਖਣਾ ਚਾਹੁੰਦਾ ਵੀ ਲਾਗੋਂ ਦੀ ਕੌਣ ਲੰਘ ਗਿਆ, ਉਹਦੇ ਕੱਪੜੇ ਕਿਹੋ ਜਿਹੇ ਹੈ, ਉਹਦੀ ਚਮਕ ਦਮਕ ਕਿਹੋ ਜਿਹੀ ਹੈ, ਉਹ ਬੰਦਾ ਕੌਣ ਸੀ, ਵੈਰੀ ਸੀ, ਦੁਸ਼ਮਣ ਸੀ, ਧੀ ਸੀ, ਭੈਣ ਸੀ, ਬਜ਼ੁਰਗ ਸੀ ਕਿ ਨੌਜਵਾਨ ਸੀ? ਉਹ ਅੰਦਰੋਂ ਗੁਰੂ ਰਾਮਦਾਸ ਜੀ ਨੂੰ ਵੇਖ ਰਿਹਾ। ਇੱਕ ਵਾਰ ਗੱਜ ਕੇ ਆਖੋ ਸਤਨਾਮ। ਤੇ ਜਦੋਂ ਬੰਦਾ ਅੰਦਰੋਂ ਜੁੜ ਕੇ ਵੇਖੇ ਤੇ ਅੰਦਰ ਦੀ ਸਾਰੀ ਖੇਡ ਹੈ, ਬਾਹਰੀ ਖੇਡਾਂ ਖਤਮ ਹੋ ਜਾਂਦੀਆਂ ਨੇ, ਪਰ ਅੰਦਰੋਂ ਵੇਖਿਆ ਹੀ ਨਹੀਂ। ਜੇ ਕਿਤੇ ਅੰਦਰੋਂ ਵੇਖ ਲਈਏ ਗੁਰੂ ਨੂੰ, ਗੁਰੂ ਨਿਰਾਸ਼ ਨਹੀਂ ਮੁੜਨ ਦੇਵੇਗਾ। ਦੁਨੀਆਂ ਨੇ ਬਹੁਤ ਕੁਝ ਵੇਖਿਆ, ਭਾਈ ਬਦਰ ਸਿੰਘ ਤੇ ਉਹਦੀ ਘਰਵਾਲੀ ਲਾਈਨ ਵਿੱਚ ਖਲੋਤੇ ਹੋਏ ਹੈ, ਮੱਥਾ ਟੇਕਦੀ ਟੇਕਦੀ ਸੰਗਤ ਗੁਰੂ ਦੇ ਚਰਨਾਂ ਵਿੱਚੋਂ ਖੁਸ਼ੀਆਂ ਲੈ ਰਹੀਆਂ। ਵਾਰੀ ਆ ਗਈ ਭਾਈ ਬਦਰ ਸਿੰਘ ਸਾਹਿਬ ਦੀ, ਉਹਨੇ ਰੱਖੀ ਹੈ ਭੇਟਾ ਗੁਰੂ ਗੋਬਿੰਦ ਸਿੰਘ ਦੇ ਚਰਨਾਂ ਵਿੱਚ, ਉਹਦੀ ਘਰਵਾਲੀ ਨੇ ਵੀ ਪੱਲੇ ਬੰਨ ਕੇ ਜਿਹੜੀ ਮਾਇਆ ਲਜਾਈ ਸੀ, ਲੋਕ ਚੁੰਨੀ ਦੇ ਪੱਲੇ ਨਾਲ ਬੰਨ ਕੇ ਮਾਇਆ, ਜਾਂ ਗੁੜ ਦੀ ਰੋੜੀ ਇਤਿਹਾਸਾਂ ਵਿੱਚ ਆਉਂਦਾ, ਜਾਂ ਕੋਈ ਘਰੋਂ ਵਸਤੂ ਪ੍ਰਸ਼ਾਦ ਤਿਆਰ ਕਰਕੇ ਜਾਂ ਗੁਰੂ ਦੇ ਚਰਨਾਂ ਵਿੱਚ ਰੱਖਦੇ ਆ ਤੇ ਮੱਥਾ ਟੇਕਦੇ ਆ। ਅੱਜ ਦੋਨਾਂ ਜੀਆਂ ਨੇ ਜੋ ਸਰਦਾ ਪੁੱਜਦਾ ਸੀ ਗੁਰੂ ਦੇ ਸਨਮੁਖ ਰੱਖਿਆ, ਹੱਥ ਜੋੜੇ
ਪਾਇਆ ਗਲ ਵਿੱਚ ਪੱਲਾ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਦੇ ਦੀਦਾਰੇ ਕਰਦੇ ਕਰਦੇ ਮੱਥਾ ਟੇਕਦੇ ਅਰਦਾਸ ਕਰ ਲੈਣ। ਭਾਈ ਬਦਰ ਸਿੰਘ ਦੀ ਅੱਖਾਂ ਵਿੱਚੋਂ ਆਪ ਮੁਹਾਰੇ ਹੰਝੂ ਡਿੱਗਣ ਲੱਗੇ। ਜਦੋਂ ਭਾਈ ਸਾਹਿਬ ਦੀਆਂ ਅੱਖਾਂ ਵੇਖੀਆਂ ਵਿਰਾਗ ਵਿੱਚ ਭਿੱਜੀਆਂ ਹੋਈਆਂ, ਜਦੋਂ ਵੇਖੀਆਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਕਿ ਭਾਈ ਸਾਹਿਬ ਜੀ ਦਾ ਮਨ ਦਰਬ ਗਿਆ, ਵਿਰਾਗ ਵਿੱਚ ਆ ਗਏ ਅਰਦਾਸ ਕਰਦਿਆਂ ਕਰਦਿਆਂ, ਉਹਦੀ ਘਰਵਾਲੀ ਵੀ ਕਿਸੇ ਐਸੇ ਦੁੱਖ ਦੇ ਆਲਮ ਵਿੱਚ ਚਲੀ ਗਈ ਹੈ। ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿਣ ਲੱਗੇ, ਕਹਿੰਦੇ ਭਾਈ ਸਾਹਿਬ ਤੁਹਾਡੇ ਮਨ ਵਿੱਚ ਵਿਰਾਗ ਕਿਉਂ ਆਇਆ, ਤੁਹਾਡੇ ਮਨ ਵਿੱਚ ਕੋਈ ਗਿਲਾ ਸ਼ਿਕਵਾ ਆਇਆ, ਕਿਉਂ ਅੱਖਾਂ ਭਰ ਆਈਆਂ? ਪਾ ਕੇ ਗਲ ਵਿੱਚ ਪੱਲਾ ਜੋੜ ਕੇ ਦੋਵੇਂ ਹੱਥ ਹਜ਼ੂਰ ਦੇ ਪਾਵਨ ਚਰਨਾਂ ਵਿੱਚ ਗੁਰੂ ਗੋਬਿੰਦ ਸਿੰਘ ਜੀ ਦੇ ਕੋਲ ਆਨੰਦਪੁਰ ਸਾਹਿਬ ਦੀ ਧਰਤੀ ਅੰਦਰ ਦੋਨੇ ਜੀ ਅਰਦਾਸ ਕਰਦਿਆਂ ਕੀ ਮੰਗਣ ਲੱਗੇ ਆ? ਉਹ ਕਲੀ ਦੀਆਂ ਚਾਰ ਸਤਰਾਂ ਮੇਰੇ ਢਾਡੀ ਸਾਥੀ ਅਰਪਣਪ੍ਰੀਤ ਕੌਰ, ਕਿਰਨਦੀਪ ਕੌਰ, ਸਰੰਗੀ ਮਾਸਟਰ ਰਣਜੀਤ ਸਿੰਘ ਗੜਗੱਜ ਤੇ ਬਲਬੀਰ ਸਿੰਘ ਪਾਰਸ ਦਾ ਇੰਟਰਨੈਸ਼ਨਲ ਗੋਲਡ ਮੈਡਲਿਸਟ ਢਾਡੀ ਜੱਥਾ ਗਾ ਕੇ ਇੰਜ ਕਹਿੰਦਾ ਆ ਰਿਹਾ।
ਸਾਡਾ ਲੱਖਾਂ ਪਾਪੀ ਕਰਕੇ ਕਿਰਪਾ ਤਾਰੇ ਸੰਗਤ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਧਿਆਨ ਧਰਦਿਆਂ ਗੱਜ ਕੇ ਚੜ੍ਹਦੀ ਕਲਾ ਵਿੱਚ ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਭਾਈ ਬਦਰ ਸਿੰਘ ਤੇ ਉਹਦੀ ਘਰਵਾਲੀ ਗੁਰੂ ਦੇ ਚਰਨਾਂ ਵਿੱਚ ਅਰਦਾਸ ਕਰ ਰਹੇ ਸੀ। ਅਰਦਾਸ ਕਰਦਿਆਂ ਮਨ ਭਰ ਆਇਆ, ਵਰਾਗ ਵਿੱਚ ਆ ਗਏ ਦੋਨੇ ਜੀ ਤੇ ਬੀਬੀ ਨੇ ਹੋਕਾ ਲੈ ਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਚਰਨਾਂ ਵਿੱਚ ਅਰਜ਼ ਕੀਤੀ, ਆਖਿਆ ਸਤਿਗੁਰੂ ਤੁਹਾਥੋਂ ਕੁਝ ਨਹੀਂ ਭੁੱਲਿਆ, ਤੁਸੀਂ ਤੇ ਜਾਣੀ ਜਾਣੋ ਸਮਰੱਥ ਗੁਰੂ ਹੋ ਤੇ ਮਹਾਰਾਜ ਅੱਧੀ ਉਮਰ ਬੀਤ ਗਈ, ਅੱਧੀ ਕੇਸ ਚਿੱਟੇ ਹੋ ਚੱਲਿਆ ਤੇ ਅਜੇ ਤੱਕ ਪੁੱਤਰ ਨਹੀਂ ਮਿਲਿਆ, ਅਕਾਲ ਪੁਰਖ ਦੀ ਨਦਰ ਸਵੱਲੀ ਨਹੀਂ ਸਾਡੇ ਉੱਤੇ ਹੋਈ ਤੇ ਦਰ ਦਰ ਤੇ ਠੋਕਰਾਂ ਖਾਂਦੇ ਹੁਣ ਤੁਹਾਡੇ ਦਰਬਾਰ ਵਿੱਚ ਆ ਗਏ ਹਾਂ, ਮਹਾਰਾਜ ਕਿਰਪਾ ਕਰਕੇ ਸਾਡੀ ਝੋਲੀ ਵਿੱਚ ਪੁੱਤਰ ਦੀ ਦਾਤ ਪਾਓ। ਜਦੋਂ ਅਰਦਾਸ ਕੀਤੀ ਤੇ ਅਰਦਾਸ ਦੋ ਪੱਖੀ ਹੈ, ਸੁਣਨ ਵਾਲੇ ਸਰੋਤੇ ਬੈਠੇ ਹੈ, 27 ਸਾਲ ਹੋ ਗਏ ਮੈਨੂੰ ਢਾਡੀ ਬਣੇ ਨੂੰ ਤੇ ਮੇਰਾ ਨਾਲ ਨਾਲ ਤਜਰਬਾ ਹੋ ਗਿਆ। ਉਹ ਇਹ ਤਜਰਬਾ ਹੋ ਗਿਆ ਵੀ ਜਿਨ੍ਹਾਂ ਨੇ ਸੁਣਨਾ ਹੁੰਦਾ ਨਾ ਉਹ ਤੇ ਆਹ ਦੇਵਤਿਆਂ ਵਾਂਗ ਆਣ ਕੇ ਚੌਂਕੜਾ ਮਾਰ ਕੇ ਤੇ ਬੈਠੇ ਹੁੰਦੇ ਹੈ ਭਈ ਕੋਈ ਨਾ ਕੋਈ ਗੱਲ ਕੰਨਾਂ ਵਿੱਚ ਪੈ ਜਾਏ, ਤੇ ਬਹੁਤੇ ਆਉਂਦੇ ਆ ਤੇ ਉਹਨਾਂ ਨਾਲ ਇਕੱਲਾ ਵੇਖਣਾ ਦਾ ਵੀ ਪਾਣੀ ਕਿੱਥੇ ਆ ਪੀਣ ਵਾਲਾ ਠੰਡਾ, ਤੇ ਮੁੜ ਕੇ ਜਲੇਬ ਹੋਣ ਪਕੌੜੇ ਹੋਣ ਤੇ ਐਨ ਤਹਿ ਲਾ ਕੇ 6-7 ਰੋਟੀਆਂ ਖਾਈਏ ਤੇ ਮੁੜ ਕੇ ਘਰੇ ਜਾ ਕੇ ਧਰੇਕ ਥੱਲੇ ਮੰਜਾ ਡਾ ਕੇ ਸੌਂ ਜਾਣਾ ਤੇ ਜਿਹਨੂੰ ਮਹਾਰਾਜ ਨੇ ਕੋਈ ਲਾਈਟ ਬੱਤੀ ਵਧੀਆ 24 ਘੰਟੇ ਦਿੱਤੀ ਹੋਵੇ, ਘਰ ਵਿੱਚ AC ਲੱਗਾ ਹੋਵੇ ਤੇ ਉਹ ਬੰਦਾ ਫਿਰ ਛੱਡ ਕੇ AC ਤੇ ਕੰਬਲ ਲੈ ਕੇ ਨਾ ਦੁਪਹਿਰੇ ਸ਼ਿਮਲਾ ਬਣਾ ਕੇ ਅੰਦਰ ਸੁੱਤਾ ਹੁੰਦਾ ਹੈ, ਉਹਨੂੰ ਕੀ ਲੱਗੇ ਵੀ ਢਾਡੀ ਵਿਚਾਰੇ ਕਿੱਥੋਂ ਆਏ ਹੈ, ਉਹਨਾਂ ਕੀ ਸੁਣਾਇਆ, ਪ੍ਰਬੰਧਕਾਂ ਨੇ ਕਿੱਡਾ ਵੱਡਾ ਉਦਮ ਕੀਤਾ ਹੈ, ਉਹਨਾਂ ਨੇ ਇੱਥੇ ਆਉਣਾ ਹੀ ਨਹੀਂ ਤੇ ਨਾ ਉਹਨਾਂ ਨੂੰ ਹੁਣ ਮੈਂ ਕਹਿਣ ਕਹਿੰਦਾ ਹੀ ਹੈ, ਮੈਂ ਕਹਿਣਾ ਛੱਡਤਾ ਹੈ। ਭਈ ਜਿਹੜੇ ਬੰਦੇ ਦੇ ਭਾਗਾਂ 'ਚ ਹੀ ਨਹੀਂ
ਜਿਹੜਾ ਆਇਆ ਇਕੱਲਾ ਰਾਸ਼ਨ ਪਾਣੀ ਛਕਣਾ ਤੇ ਉਹ ਇੱਥੇ ਕਿੱਦਾਂ ਆਊਗਾ? ਤੇ ਜਿਹਦੇ ਕਰਮਾਂ ਚ ਹੋਵੇ ਉਹਨੂੰ ਰੋਟੀ ਭੁੱਲ ਜਾਂਦੀ ਹੈ। ਇਹ ਵੀ ਬੰਦੇ ਹੈਗੇ, ਮੈਂ ਕਈ ਵਾਰੀ ਪੁੱਛਿਆ, ਉਹ ਕਹਿਣਗੇ ਯਾਰ 4 ਘੰਟੇ ਦੀਵਾਨ ਸੁਣ ਲਿਆ, 5 ਘੰਟੇ ਦੀਵਾਨ ਸੁਣ ਲਿਆ, ਹੁਣ ਥੋੜਾ ਜਿਹਾ ਪ੍ਰਸ਼ਾਦਾ ਛਕ ਕੇ ਤੇ ਘਰ ਨੂੰ ਚਲੇ ਜਾਣਾ। ਤੇ ਆਖੀਦਾ ਵੀ ਤੁਸੀਂ ਛਕਿਆ ਨਹੀਂ? ਉਹ ਕਹਿੰਦੇ ਨਹੀਂ ਜੀ, ਪਹਿਲਾਂ ਆਣ ਕੇ ਨਾ ਗੁਰੂ ਸਾਹਿਬ ਦੇ ਦਰਸ਼ਨ ਕੀਤੇ ਆ ਤੇ ਫਿਰ ਗੁਰੂ ਕਾ ਇਤਿਹਾਸ ਸੁਣਿਆ ਤੇ ਹੁਣ ਜਾਣ ਲੱਗੇ ਪ੍ਰਸ਼ਾਦਾ ਛਕ ਕੇ ਘਰ ਨੂੰ ਜਾਵਾਂਗੇ। ਪਰ ਗੁਰੂ ਸਾਹਿਬ ਦੀ ਮਰਿਆਦਾ ਵੀ ਹੈ, ਉਹ ਕਹਿੰਦੇ ਪਹਿਲੇ ਪੰਗਤ ਤੇ ਅਗਲੀ ਗੱਲ ਕੀ ਕਹੀ ਹੈ, ਪਾਛੈ ਸੰਗਤ। ਹੁਣ ਜਿਹਨੇ 8 ਰੋਟੀਆਂ ਖਾ ਲਈਆਂ ਜਾਂ 3 ਗਲਾਸ ਉੱਥੋਂ ਮਿੱਠੇ ਪਾਣੀ ਦੇ ਪੀ ਲਏ, ਉਹਦੀ ਸ਼ੂਗਰ ਤੇ ਹੋ ਜਾਣੀ ਹੈ 450 ਤੇ ਉਹਨੇ ਇੱਥੇ ਕਿੱਦਾਂ ਬਹਿਣਾ, 2.5 ਘੰਟੇ ਕਿਸ ਤਰ੍ਹਾਂ ਬਹੂਗਾ? ਮੈਂ ਬੇਨਤੀ ਹੈ ਤਾਂ ਕਰਦਾ ਰਹਿੰਦਾ ਵੀ ਮੈਂ ਆਪ ਖੁਦ ਤਜਰਬਾ, ਮੈਨੂੰ ਵੀ ਇਹ ਥੋੜੀ ਜਿਹੀ ਪ੍ਰੋਬਲਮ ਹੈਗੀ ਹੈ, ਉਹਨਾਂ ਕੁ ਛਕੀਏ ਤੇ ਇੱਥੇ ਬਹਿ ਕੇ ਕੁਝ ਨਾ ਕੁਝ ਸੁਣੀਏ, ਇੱਕ ਗੱਲ ਵੀ ਪੱਲੇ ਪੈ ਜੇ, 2 ਗੱਲਾਂ ਵੀ ਕਿਤੇ ਆਪਣੀ ਝੋਲੀ ਵਿੱਚ ਪਾ ਕੇ ਲੈ ਕੇ ਜਾਈਏ। ਤੇ ਬਾਪੂ ਕਹਿੰਦਾ ਕਿਣਕਾ ਇੱਕ ਜਿਸ ਜੀਵ ਸਾਵੈ, ਕਹਿ ਦਿਆ ਕਰੋ ਉੱਚੀ ਸਾਰੀ, ਬੜੇ ਤੁਹਾਨੂੰ ਗੁਰੂ ਗੁਰਮੁਖ ਪਿਆਰੇ ਬੈਠੇ, ਤੁਹਾਨੂੰ ਆਉਂਦੀ ਬਾਣੀ। ਮਹਾਰਾਜ ਕਹਿੰਦੇ ਕਿਣਕਾ ਇੱਕ ਜਿਸ ਜੀਵ ਸਾਵੈ ਤਾਂ ਕੀ, ਉਹਦੀ ਮਹਿਮਾ ਗਿਣੀ ਨਹੀਂ ਜਾ ਸਕਦੀ। ਮੈਂ ਇਹ ਗੱਲ ਤਾਂ ਪ੍ਰਮਾਣ ਤੌਰ ਤੇ ਕਹੀ ਆ ਵੀ ਸਾਰੀ ਬਾਣੀ ਨਹੀਂ ਵਸਣੀ ਢਿੱਡ ਚ, ਕਿਤੇ ਵਿਰਲਿਆਂ ਤੇ ਕਿਰਪਾ ਹੁੰਦੀ ਹੈ ਤੇ ਸਾਰਾ ਇਤਿਹਾਸ ਯਾਦ ਵੀ ਨਹੀਂ ਹੋਣਾ। ਪਰ ਜਿੰਨੀ ਕੁ ਗੱਲ ਅਸਾਂ ਦੱਸੀ ਹੈ, ਜੇ ਕੋਈ ਤੁਹਾਡੇ ਅੱਗੇ ਮਾਈਕ ਕਰਕੇ ਪੁੱਛ ਲੈ, ਜੇ ਕੋਈ ਤੁਹਾਡੇ ਅੱਗੇ ਪੱਤਰਕਾਰ ਸਵਾਲ ਕਰਦਿਆਂ ਮਾਈਕ ਕਰਦੇ ਵੀ ਤੁਸੀਂ ਸਿੱਖ ਹੋ, ਦਾੜਿਆਂ ਵਾਲੇ, ਦਸਤਾਰਾਂ ਵਾਲੇ, ਗੁਰੂ ਗੋਬਿੰਦ ਸਿੰਘ ਦੇ ਪੁੱਤਰ ਹੋ ਤੇ ਤੁਹਾਡੀ ਕੌਮ ਅੰਦਰ ਇੱਕ ਸੁਲਤਾਨੇ ਉਲ ਕੌਮ ਹੋਇਆ ਸਰਦਾਰ ਜੱਸਾ ਸਿੰਘ ਆਲੂਵਾਲੀਆ, ਉਹਦਾ ਜਨਮ ਕਿਵੇਂ ਤੇ ਕਿਹੜੇ ਗੁਰੂ ਦੀ ਬਖਸ਼ਿਸ਼ ਨਾਲ ਹੋਇਆ ਸੀ, ਤੇ ਥੋੜ੍ਹਾ ਦੱਸ ਤੇ ਸਕਦੇ ਨਾ ਵੀ ਗੁਰੂ ਗੋਬਿੰਦ ਸਿੰਘ ਨੇ ਕਿਰਪਾ ਕੀਤੀ ਸੀ, ਗੁਰੂ ਗੋਬਿੰਦ ਸਿੰਘ ਦੇ ਚਰਨਾਂ ਵਿੱਚੋਂ ਇਹ ਏਡੀ ਵੱਡੀ ਦਾਤ ਮਿਲੀ ਸੀ? ਐਵੇਂ ਨਹੀਂ ਸੀ ਦਾ ਜਨਮ ਹੋਇਆ, ਆਮ ਨਹੀਂ ਸੀ, ਜਿਹੜਾ ਤੇ ਮੇਰੇ ਗੁਰੂ ਦੀ ਗੋਦ ਵਿੱਚੋਂ, ਉਹ ਤੇ ਗੁਰੂ ਦਾ ਸਿੱਖ ਪਿਆਰਾ, ਉਹ ਤੇ ਗੁਰੂ ਦੀਆਂ ਰਹਿਮਤਾਂ ਵਾਲਾ, ਤੇ ਜਿਹੜਾ ਮਿਲਿਆ ਹੀ ਉੱਥੋਂ ਫੂਕਾਂ ਵਾਲਿਆਂ ਕੋਲੋਂ, ਜਿਹੜਾ ਮਿਲਿਆ ਹੀ ਸੇਰਾ ਲਾਉਣ ਵਾਲਿਆਂ ਕੋਲੋਂ, ਤੇ ਉਹ ਫਿਰ ਕੋਈ ਭੂਤ ਨਾ ਹੀ ਮਿਲਣਾ ਨਾ, ਕਦੇ ਬਾਪੂ ਕੁੱਟਤਾ ਤੇ ਕਦੇ ਬੇਬੇ ਕੁੱਟ ਦਿੱਤੀ, ਉਹ ਗੁਰਮੁਖ ਪਿਆਰਾ ਨਹੀਂ ਹੋ ਸਕਦਾ, ਮਾਫ ਕਰ ਦਿਓ। ਕਈ ਬੰਦਿਆਂ ਨੂੰ ਇਹ ਗੱਲ ਗੁੱਸੇ ਵਾਲੀ ਲੱਗਦੀ ਹੁੰਦੀ, ਜਿਹੜੇ ਉੱਥੇ ਜਾਂਦੇ ਆ ਭਾਈ ਸਾਡੇ ਨੂੰ ਇਸ ਤਰ੍ਹਾਂ ਕਹਿਤਾ, ਇੱਥੋਂ ਮੰਗਾਂਗੇ ਤੇ ਮਹਾਰਾਜ ਨੇ ਕਿਰਪਾ ਕਰ ਦੇਣੀ ਆ, ਸਿਦਕ ਵੀ ਆ ਜਾਣਾ, ਜੇ ਨਹੀਂ ਵੀ ਭਾਗਾਂ 'ਚ ਹੋਊ ਨਾ ਤਾਂ ਸਿਦਕ ਆ ਜਾਏਗਾ, ਤੇ ਜੇ ਕਰਮਾਂ 'ਚ ਹੋਇਆ ਤਾਂ ਫਿਰ ਗੁਰੂ ਸਾਹਿਬ ਨੇ ਵਲ ਭੰਨ ਕੇ ਵੀ ਕੋਈ ਨਾ ਕੋਈ ਰਹਿਮਤ ਕਰ ਦੇਣੀ ਹੈ। ਇਤਿਹਾਸ ਮੈਂ ਇਹ ਸੁਣਾ ਰਿਹਾ, ਤੇ ਇਕੱਲਾ ਪੁੱਤ ਵੀ ਨਾ ਮੰਗਿਆ ਕਰੋ, ਨਾਲ ਧੀ ਵੀ ਮੰਗਿਆ ਕਰੋ, ਧੀ ਘੱਟ ਨਹੀਂ। ਅੱਜ ਦੇ ਯੁੱਗ ਵਿੱਚ ਮੈਂ ਗੱਲ ਸਟੇਜ ਉੱਤੇ ਪ੍ਰਚਾਰਦਾ ਰਹਿੰਦਾ, ਜਿੱਥੇ ਅਸੀਂ ਪੁੱਤ ਮੰਗਦੇ ਹਾਂ ਉੱਥੇ ਨਾਲ ਅਰਦਾਸ ਇਹ ਕਰਿਆ ਕਰੋ, ਮਹਾਰਾਜ ਜੇ ਪੁੱਤਰ ਦੇਣਾ ਤੇ ਤੁਹਾਡੀ ਕਿਰਪਾ ਦਾ ਪਾਤਰ ਹੋਵੇ, ਨਸ਼ੇੜੀ ਨਾ ਹੋਵੇ, ਤੁਹਾਡੀ ਕਿਰਪਾ ਦਾ ਪਾਤਰ ਹੋਵੇ, ਨਸ਼ੇੜੀ ਨਾ ਹੋਵੇ, ਮਹਾਰਾਜ ਜੀ ਐਸਾ ਬਖਸ਼ਿਸ਼ ਕਰਿਓ ਜਿਹੜਾ ਰਹਿਮਤਾਂ ਵਾਲਾ ਆਵੇ, ਸਾਡੀ ਕੁੱਖ ਨੂੰ ਸਫਲਿਆ ਬਣਾਵੇ। ਤੇ ਜਿਹਨੇ ਵੱਡੇ ਹੋ ਕੇ ਬਾਪੂ ਦੀ ਪੱਗ ਨੂੰ ਦਾਗ ਹੀ ਲਾਉਣਾ, ਜਿਹਨੇ ਵੱਡੇ ਹੋ ਕੇ ਉਲਾਂਭੇ ਹੀ ਦਵਾਉਣੇ ਹੈ, ਜਿਹਨੇ ਵੱਡੇ ਹੋ ਕੇ ਬਾਪ ਨੂੰ ਥਾਣਿਆਂ ਕਚਹਿਰੀਆਂ 'ਚ ਹੀ ਲੈ ਕੇ ਜਾਣਾ, ਤੇ ਮੇਰਾ ਫੈਸਲਾ ਇਹ ਵੀ ਨਾ ਹੀ ਜੰਮਦਾ ਤੇ ਚੰਗੀ ਗੱਲ ਸੀ, ਕਿੱਡਾ ਕੁ ਘਾਟਾ ਪੈ ਚੁੱਕਿਆ ਸੀ, ਫਰਕ ਨਹੀਂ ਪੈਂਦਾ। ਮੇਰੇ ਪਰਿਵਾਰ ਵਿੱਚ ਵੀ ਘਟਨਾ ਵਾਪਰੀ ਹੈ, ਮੈਂ ਤੁਹਾਨੂੰ ਦੱਸ ਦਿੰਦਾ, ਕਿਉਂਕਿ ਸਟੇਜ ਉੱਤੇ ਨਾ ਕਈ ਵਾਰੀ ਬੁਲਾਰਾ ਸੱਚ ਬੋਲੇ
ਤੇ ਉਹ ਵੀ ਬਹੁਤ ਜ਼ਰੂਰੀ ਤੇ ਕੁਝ ਗੱਲਾਂ ਆਪਣੇ ਨਾਲ ਵਾਪਰੀਆਂ ਹੁੰਦੀਆਂ ਉਹ ਵੀ ਦੱਸੇ ਤੇ ਸੰਗਤ ਨੂੰ ਪਤਾ ਲੱਗਦਾ ਕਈਆਂ ਨੂੰ ਧੀਰਜ ਆਉਂਦਾ। ਮੈਂ ਬੇਨਤੀ ਇਹ ਤਾਂ ਕਰਨੀ ਚਾਹੁੰਦਾ ਵੀ ਜਿਹੜੀ ਚੀਜ਼ ਵਾਹਿਗੁਰੂ ਨੇ ਭੇਜੀ ਹੈ ਜੇ ਤੇ ਉਹ ਸਾਡੇ ਕਰਮਾਂ 'ਚ ਹੈ ਤੇ ਉਹ ਸਾਨੂੰ ਮਿਲਣੀ ਆ ਤੇ ਜਿਹੜੀ ਭਾਗਾਂ 'ਚ ਨਹੀਂ ਨਾ ਉਹ ਆਈ ਵੀ ਚਲੀ ਜਾਂਦੀ ਹੈ। ਤਿੰਨ ਬੱਚੇ ਦਿੱਤੇ ਸੀ ਵਾਹਿਗੁਰੂ ਨੇ ਸਾਨੂੰ, ਤਿੰਨੇ ਹੀ ਪਚੰਗੀ ਤੇ ਤਿੰਨੇ ਰਹੇ ਨਹੀਂ। ਹੁਣ ਇਹ ਹੁਕਮ ਤੇ ਇਸੇ ਗੁਰੂ ਦਾ ਹੈ ਨਾ, ਜੇ ਚਾਹਵੇ ਤੇ ਜੇ ਉਹ ਦਿੱਤੇ ਸੀਗੇ ਤੇ ਉਮਰ ਵੀ ਲਿਖ ਕੇ ਭੇਜ ਦਿੰਦਾ ਮਹਾਰਾਜ। ਇਹ ਮੈਂ ਆਪਣੀ ਗੱਲ ਦੱਸ ਰਿਹਾ ਤੁਹਾਨੂੰ। ਤੇ ਸੱਚੇ ਪਾਤਸ਼ਾਹ ਮਹਾਰਾਜ ਸਾਡੇ ਪਰਿਵਾਰ ਵਿੱਚ ਤਿੰਨ ਬੱਚੇ ਭੇਜੇ ਪਰ ਉਮਰ ਨਹੀਂ ਬਖਸ਼ੀ, ਉਹ ਵਾਰੀ ਵਾਰੀ ਚਲੇ ਗਏ। ਇੱਕ ਪਹਿਲਾਂ ਆਇਆ ਉਹ ਬੱਚਾ ਚੜ੍ਹਾਈ ਕਰ ਗਿਆ, ਫਿਰ ਧੀ ਆਈ ਮਹਾਰਾਜ ਦੀ ਕਿਰਪਾ ਚੜ੍ਹਦੀ ਕਲਾ ਤੇ ਮੁੜ ਕੇ ਦੋ ਜੋੜੇ ਆ ਗਏ ਇਕੱਠੇ। ਉਹ ਇੱਕ ਚੜ੍ਹਾਈ ਕਰ ਗਿਆ, ਥੋੜੇ ਦਿਨਾਂ ਬਾਅਦ ਦੂਜੇ ਦਾ ਇਲਾਜ ਬੜਾ ਕੀਤਾ। ਬੜੇ ਦਿਨ ਘੁਲੇ ਅਸੀਂ ਡਾਕਟਰਾਂ ਨਾਲ, ਲੱਖਾਂ ਰੁਪਈਏ ਲਾ ਤੇ ਉਹ ਵੀ ਨਹੀਂ ਬਚਿਆ, ਚਲਿਆ ਗਿਆ। ਘਰਦਿਆਂ ਦੇ ਮਨ ਵਿੱਚ ਵਿਰਾਗ ਪੈਦਾ ਹੋ ਗਿਆ। ਮੇਰੀ ਮਾਂ ਵੀ ਰੋਈ, ਬਾਪ ਵੀ ਰੋਇਆ, ਸਾਰੇ ਪਰਿਵਾਰ ਵਿੱਚ ਇੱਕ ਵਾਰ ਕਈ ਦਿਨ ਮਾਤਮ ਛਾਇਆ ਰਿਹਾ। ਤੇ ਮੈਂ ਕਿਤੇ ਦੂਰ ਗਿਆ ਸੀ, ਉੱਥੋਂ ਆਇਆ, ਉਹਨਾਂ ਮੈਨੂੰ ਜੋ ਸਾਰੀ ਘਟਨਾ ਦਾ ਪਤਾ ਤੇ ਰਾਹ 'ਚ ਹੀ ਲੱਗ ਗਿਆ ਸੀ ਤੇ ਮੈਂ ਘਰੇ ਪਹੁੰਚਿਆ, ਪਤਾ ਲੱਗ ਗਿਆ। ਮੈਂ ਉਹਨਾਂ ਨੂੰ ਇਹ ਹੌਸਲਾ ਦਿੱਤਾ ਵੀ ਉਹ ਬੱਚੇ ਨਾ ਬੜੀ ਭਗਤੀ ਵਾਲੇ ਸੀਗੇ, ਬਹੁਤ ਭਗਤੀ ਵਾਲੇ ਸੀ। ਸਾਡੇ ਘਰ ਦੇ ਵਿੱਚ ਉਹ ਨਹੀਂ ਸੀ ਰਹਿ ਸਕਦੇ, ਸਾਡੇ ਕੋਲ ਇੰਨੀ ਭਗਤੀ ਨਹੀਂ ਸੀ ਹੈ, ਤੇ ਜਾਂ ਉਹਨਾਂ ਦੇ ਕਰਮ ਇੰਨੇ ਮਾੜੇ ਸੀ ਭਈ ਉਹ ਅਕਾਲ ਪੁਰਖ ਵਾਹਿਗੁਰੂ ਨੇ ਦੇ ਕੇ ਤੇ ਉਸੇ ਵੇਲੇ ਲੈ ਲਏ। ਜੇ ਉਹਨਾਂ ਨੂੰ ਕੋਈ ਬਿਮਾਰੀ ਲੱਗ ਜਾਂਦੀ, ਜਿਵੇਂ ਕੋਈ ਪ੍ਰੋਬਲਮ ਸਰੀਰ ਵਿੱਚ ਆ ਜਾਂਦੀ ਤੇ ਸਾਰੀ ਜ਼ਿੰਦਗੀ ਉਹਨਾਂ ਨੂੰ ਚੁੱਕੀ ਫਿਰਦੇ ਹਸਪਤਾਲਾਂ ਵਿੱਚ, ਸਾਰੀ ਜ਼ਿੰਦਗੀ ਉਹਨਾਂ ਦਾ ਇਲਾਜ ਕਰਾਉਂਦੇ ਰਹਿੰਦੇ ਤੇ ਫਿਰ ਵੀ ਅਸਾਂ ਕਹਿਣਾ ਸੀ, ਉਲਾਂਭਾ ਦੇਣਾ ਸੀ ਰੱਬ ਨੂੰ ਕਿ ਮਹਾਰਾਜ ਇਹਦੇ ਨਾਲੋਂ ਚੰਗਾ ਸੀ ਤੂੰ ਨਾ ਹੀ ਦਿਨੋ, ਇਹ ਤੁਰਦੇ ਨਹੀਂ, ਇਹ ਬੈਠ ਨਹੀਂ ਸਕਦੇ, ਇਹ ਗੱਲਾਂ ਨਹੀਂ ਕਰਦੇ, ਇਹਨਾਂ ਨੂੰ ਜ਼ਬਾਨ ਨਹੀਂ ਦਿੱਤੀ। ਕਈ ਉਲਾਂਭੇ ਆਪਾਂ ਰੱਬ ਨੂੰ ਦਿੰਦੇ ਹਾਂ ਨਾ, ਤੇ ਮੈਂ ਤਾਂ ਇਹ ਬੇਨਤੀ ਕੀਤੀ ਆ ਵੀ ਇਹ ਪਤਾ ਨਹੀਂ ਕਿੱਥੇ ਵਾਪਰ ਜਾਏ, ਪਰ ਹੌਸਲਾ ਵੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਆਪ ਹੀ ਦਿੰਦਾ ਹੈ, ਬੰਦੇ ਦੇ ਵੱਸ ਦੀ ਗੱਲ ਨਹੀਂ ਆ। ਉਹ ਸਾਰੇ ਟੱਬਰ ਨੂੰ ਧੀਰਜ ਆ ਗਿਆ, ਸਾਰਾ ਟੱਬਰ ਸ਼ਾਂਤ ਹੋ ਗਿਆ। ਤੇ ਮੈਂ ਇਹ ਗੱਲ ਤਾਂ ਸਟੇਜ ਉੱਤੇ ਕਹਿੰਦਾ ਹੁੰਦਾ ਭਈ ਕੋਈ ਫਰਕ ਨਹੀਂ ਪੈਂਦਾ ਜੇ ਘਰ ਵਿੱਚ ਪੁੱਤਰ ਦੇਵੇ ਵਾਹਿਗੁਰੂ ਤੇ ਸਮਝ ਲਓ ਚੰਗੇ ਭਾਗ, ਜੇ ਨਹੀਂ ਵੀ ਆਇਆ ਨਾ ਤੇ ਰੱਬ ਧੀ ਵੀ ਦੇ ਦੇਵੇ ਤੇ ਕਦੇ ਦਿਲ ਨਾ ਛੱਡਿਆ ਕਰੋ। ਧੀਆਂ ਵੀ ਪੁੱਤਾਂ ਨਾਲੋਂ ਘੱਟ ਨਹੀਂ, ਧੀਆਂ ਵੀ ਮਹਾਨ ਹੁੰਦੀਆਂ ਨੇ, ਧੀਆਂ ਨੂੰ ਕਦੇ ਕੋਈ ਛੋਟਾ ਨਾ ਸਮਝ। ਆਹ ਮੇਰੀ ਬੇਟੀ ਖਲੋਤੀ ਆ ਸਟੇਜ 'ਤੇ, ਧੀ ਖਲੋਤੀ ਆ ਸਟੇਜ 'ਤੇ, ਕੌਮ ਦੀ ਸੇਵਾ ਕਰ ਰਹੀ ਹੈ ਦਿਨੇ ਰਾਤ, ਢਾਡੀ ਵਾਰਾਂ ਚੜ੍ਹਦੀ ਕਲਾ ਨਾਲ ਸਟੇਜ ਉੱਤੇ ਗਾ ਕੇ ਮੇਰਾ ਵੀ ਮਾਣ ਵਧਾ ਰਹੀ ਹੈ, ਮੇਰੇ ਪਰਿਵਾਰ ਦਾ ਵੀ ਮਾਣ ਵਧ ਰਿਹਾ ਹੈ। ਤੇ ਫਿਰ ਘੱਟ ਕਿਵੇਂ ਹੋਈਆਂ, ਇਕੱਲੇ ਪੁੱਤ ਨਹੀਂ, ਧੀਆਂ ਵੀ ਮਾਣ ਵਧਾਉਂਦੀਆਂ ਨੇ ਸੰਸਾਰ ਵਿੱਚ। ਪਰ ਕੀ ਕਰੀਏ, ਹਰ ਬੰਦੇ ਦੀ ਭਾਵਨਾ ਇੱਥੇ ਟਿਕੀ ਹੋਈ ਹੈ ਕਿ ਮਹਾਰਾਜ ਮੈਨੂੰ ਪੁੱਤਰ ਦਿਓ, ਹਰ ਬੰਦੇ ਦੀ ਭਾਵਨਾ ਇੱਥੇ ਹੁੰਦੀ ਮਹਾਰਾਜ ਪੁੱਤਰ ਹੋਵੇ। ਤੇ ਭਾਈ ਬਦਰ ਸਿੰਘ ਤੋਂ ਉਹਦੀ ਘਰਵਾਲੀ ਦੀ ਵੀ ਭਾਵਨਾ ਇੱਥੇ ਹੀ ਟਿਕੀ ਹੋਈ ਸੀ, ਮਹਾਰਾਜ ਕਿਰਪਾ ਕਰੋ ਸਾਡੀ ਝੋਲੀ ਵਿੱਚ ਪੁੱਤਰ ਦੀ ਦਾਤ ਪਾਓ। ਗੁਰੂ ਗੋਬਿੰਦ ਸਿੰਘ ਮਹਾਰਾਜ ਐਨ ਰੀਝ ਲਾ ਕੇ ਦੋਨਾਂ ਜੀਆਂ ਵੱਲੇ ਵੇਖਦੇ ਰਹੇ।
ਤੇ ਸੱਚੇ ਪਾਤਸ਼ਾਹ ਜਦੋਂ ਬੋਲੇ ਨਾ ਤੇ ਸਾਹਮਣੇ ਬਹਿ ਗਏ ਚੌਂਕੜਾ ਮਾਰ। ਸੰਗਤ ਪਿੱਛੇ ਖਲੋਤੀ ਸੀ, ਮਹਾਰਾਜ ਕਹਿੰਦੇ ਸਾਰੇ ਬਹਿ ਜਾਓ। ਸਾਰੀ ਸੰਗਤ ਨੂੰ ਬਿਠਾ ਲਿਆ। ਮੇਰੇ ਕਲਗੀ ਵਾਲੇ ਪਾਤਸ਼ਾਹ ਮਹਾਰਾਜ, ਇਤਿਹਾਸ ਵਿੱਚ ਇਹ ਗੱਲ ਆਉਂਦੀ ਹੈ ਭਈ ਕੁਝ ਘੜੀਆਂ ਖਮੋਸ਼ ਬੈਠੇ ਰਹੇ ਅੰਤਰ ਧਿਆਨ ਹੋ ਕੇ, ਤੇ ਮਾਨੋ ਜਿਵੇਂ ਆਉਣ ਵਾਲੇ ਸਮੇਂ ਵੱਲ ਝਾਤੀ ਮਾਰ ਰਹੇ ਸਨ, ਤੇ ਫਿਰ ਸੱਚੇ ਪਾਤਸ਼ਾਹ ਦੇ ਮੁਬਾਰਕ ਬੁੱਲ ਹਿੱਲੇ। ਗਰੀਬ ਨਵਾਜ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਕੀ ਕਹਿਣ ਲੱਗੇ ਨੇ, ਉਹ ਕਹਿੰਦੇ ਭਾਈ ਬਦਰ ਸਿੰਘ ਜੀ, ਤੁਹਾਡੇ ਘਰ ਵਿੱਚ ਰੱਬ ਨੇ ਇਹੋ ਜਿਹਾ ਬਲੀ ਪੁੱਤਰ ਭੇਜਣਾ, ਉਹ ਮਹਾਨ ਸੂਰ ਵੀਰ ਹੋਵੇਗਾ, ਯੋਧਾ ਜਰਨੈਲ ਹੋਵੇਗਾ, ਔਰ ਗੁਰੂ ਦੀ ਕਿਰਪਾ ਦਾ ਪਾਤਰ ਬਣ ਕੇ ਸੰਸਾਰ ਵਿੱਚ ਆ ਰਿਹਾ, ਕੋਈ ਮਾਮੂਲੀ ਪੁੱਤਰ ਨਹੀਂ ਆਉਣਾ। ਜੇ ਕਲਗੀ ਵਾਲੇ ਪਾਤਸ਼ਾਹ ਕਹਿੰਦੇ ਇੱਥੇ ਆਣ ਕੇ ਮੰਗ ਰਹੇ ਹੋ ਨਾ, ਤੇ ਫਿਰ ਅਸੀਂ ਨਹੀਂ, ਆ ਸੰਗਤ ਅਰਦਾਸ ਕਰੇਗੀ ਤੁਹਾਡੇ ਘਰ ਵਿੱਚ ਇਹੋ ਜਿਹਾ ਮਹਾਨ ਬਲੀ ਪੁੱਤਰ ਆਵੇਗਾ, ਹੋਵੇਗਾ ਗੁਰੂ ਕਾ ਲਾਲ ਜੀ, ਗੁਰੂ ਕਾ ਲਾਲ ਬਣਨਾ ਵੱਡਾ ਹੋ ਕੇ, ਤੇ ਨਾਂ ਉਹਦਾ ਜਿਹੜਾ ਨਾ ਯੋਧਿਆਂ ਵਾਲਾ ਰੱਖਿਓ, ਸੂਰਬੀਰਾਂ ਵਾਲਾ ਨਾਮ ਰੱਖਿਓ। ਮੇਰੇ ਕਲਗੀ ਵਾਲੇ ਪਾਤਸ਼ਾਹ ਮਹਾਰਾਜ, ਆਨੰਦਪੁਰ ਸਾਹਿਬ ਦੀ ਧਰਤੀ ਅੰਦਰ ਦੁਖੀ ਜੋੜਿਆਂ ਦੀ ਫਰਿਆਦ ਪ੍ਰਵਾਨ ਚੜਾਉਂਦਿਆਂ ਹੋਇਆ, ਅਰਦਾਸ ਪ੍ਰਵਾਨ ਚੜਾਉਂਦਿਆਂ ਸਾਰੀ ਸੰਗਤ ਕੋਲੋਂ ਮੋਹਰ ਲਵਾਉਂਦਿਆਂ, ਕਲਗੀ ਵਾਲੇ ਪਾਤਸ਼ਾਹ ਮਹਾਰਾਜ ਆਪਣੇ ਮੁਖਾਰ ਬਿੰਦ ਵਿੱਚੋਂ ਜਿਵੇਂ ਅਰਦਾਸ ਕਰਦਿਆਂ ਬਚਨ ਦੇ ਰਹੇ ਸਨ, ਸਰਦਾਰ ਜੱਸਾ ਸਿੰਘ ਆਲੂ ਵਾਲੀਏ ਦੇ ਮਾਪਿਆਂ ਨੂੰ ਮੇਰੇ ਕਲਗੀ ਵਾਲੇ ਪਾਤਸ਼ਾਹ ਮਹਾਰਾਜ ਨਾਲ ਜਨਮ ਤੋਂ ਪਹਿਲਾਂ ਕੁਝ ਇੰਜ ਕਹੀ ਜਾਂਦੇ ਆ, ਵੈ ਦਸ਼ਮੇਸ਼ ਗੁਰੂ ਨਾਲ ਪਿਆਰ ਦੇ, ਸੋਹਣੇ ਰਤਨਾ ਤੋਂ ਇਸ ਤਰ੍ਹਾਂ ਨੇ ਉਚਾਰ ਦੇ, ਭਾਵੇਂ ਦਸ਼ਮੇਸ਼ ਗੁਰੂ ਨਾਲ ਪਿਆਰ ਦੇ, ਸੋਹਣੇ ਰਤਨਾ ਤੋਂ ਇਸ ਤਰ੍ਹਾਂ ਨੇ ਉਚਾਰ ਦੇ, ਹੱਸ ਕੇ ਦੇ ਬਚਨ ਉਚਾਰੇ ਹੋਵੇਗਾ ਗੁਰੂ ਕਾ ਲਾਲ ਜੀ, ਸੋਭਾ ਹੋਵੇਗੀ ਜਹਾਨ ਵਿੱਚ ਸਾਰੇ ਹੋਵੇਗਾ ਗੁਰੂ ਕਾ ਲਾਲ ਜੀ।
ਖਾਤਰ ਉਹ ਭੇਜਣਾ ਹੈ ਕਾਲ ਜੀ, ਤੇਰੇ ਉੱਤੇ ਹੋਣਾ ਜੀ ਤੇ ਵੱਖਰਾ ਜਲਾਲ ਜੀ, ਸੂਰਮਾ ਬਹਾਦਰ ਉਹ ਭੇਜਣਾ ਹੈ ਕਾਲ ਜੀ, ਤੇਰੇ ਉੱਤੇ ਹੋਣਾ ਜੀ ਤੇ ਵੱਖਰਾ ਜਲਾਲ ਜੀ। ਵੱਖਰਾ ਜਲਾਲ ਜੀ ਰਾਜ ਕਰਨੇ ਜਹਾਨ ਵਿੱਚ ਪਾਰੇ ਹੋਵੇਗਾ ਗੁਰੂ ਕਾ ਲਾਲ ਜੀ, ਸੋਭਾ ਹੋਵੇਗੀ ਜਹਾਨ ਵਿੱਚ ਸਾਰੇ ਹੋਵੇਗਾ ਗੁਰੂ ਕਾ ਲਾਲ ਜੀ। ਬਾਰੇ
ਸਿੰਘਾਂ ਚ ਫਿਰ ਚਮਕੇਗਾ ਪਾਰਸ, ਇੱਕ ਦਿਨ ਕੌਮ ਦਾ ਉਹ ਬਣ ਜਾਊ ਵਾਰਸ, ਸਾਰੀ ਦੁਨੀਆਂ ਚ ਵਿੱਚ ਚਮਕੇਗਾ ਪਾਰਸ। ਮਹਾਰਾਜ ਭਾਈ ਬਦਰ ਸਿੰਘ ਤੇ ਉਹਦੀ ਘਰਵਾਲੀ ਨੂੰ ਆਨੰਦਪੁਰ ਸਾਹਿਬ ਦੀ ਧਰਤੀ ਅੰਦਰੇ ਬਚਨ ਦੇ ਰਹੇ ਸਨ। ਬਾਣੀ ਪੜਨ ਵਾਲਾ ਬਚਨ ਕਾ ਬਲੀ ਮਹਾਨ ਸੂਰਬੀਰ, ਔਰ ਇੱਕ ਦਿਨ ਕੌਮ ਦੀ ਅਗਵਾਈ ਕਰਨ ਵਾਲਾ ਮਹਾਨ ਸੂਰਬੀਰ ਤੁਹਾਡੇ ਘਰ ਵਿੱਚ ਆਉਣ ਵਾਲਾ ਹੈ। ਉਡੀਕ ਰੱਖੋ, ਰੱਬ ਨੇ ਤੁਹਾਡੀ ਝੋਲੀ ਭਰ ਦੇਣੀ। ਐਸੀ ਕਿਰਪਾ ਹੋਈ, ਆਨੰਦਪੁਰ ਸਾਹਿਬ ਦੀ ਧਰਤੀ ਵਿੱਚੋਂ ਦਰਸ਼ਨ ਦੀਦਾਰੇ ਕਰਕੇ ਵਾਪਸ ਆ ਗਏ। ਸੇਵਾ ਵੀ ਕਰਦੇ ਹੈ, ਸਿਮਰਨ ਵੀ ਕਰਦੇ। ਜਿਸ ਜ਼ਿੰਦਗੀ ਦੀ ਗੱਡੀ ਨੂੰ ਦੋ ਪਹੀਏ ਲੱਗ ਜਾਣ, ਸੇਵਾ ਦਾ ਪਹੀਆ ਤੇ ਸਿਮਰਨ ਦਾ ਪਹੀਆ ਲੱਗ ਜਾਏ, ਉਹ ਜ਼ਿੰਦਗੀ ਦੀ ਗੱਡੀ ਧਰਮ ਦੀ ਲਾਈਨ ਉੱਤੇ ਚੱਲਦੀ ਰਹਿੰਦੀ, ਉਹਨੂੰ ਕੋਈ ਡੇਗ ਨਹੀਂ ਸਕਦਾ, ਉਹਨੂੰ ਕੋਈ ਖਤਰਾ ਨਹੀਂ ਹੁੰਦਾ। ਤੇ ਜਿਹਨੂੰ ਇੱਕ ਵੀ ਪਹੀਆ ਨਾ ਲੱਗਾ ਹੋਵੇ, ਨਾ ਸੇਵਾ ਹੀ ਕੀਤੀ ਤੇ ਨਾ ਸਿਮਰਨ ਹੀ ਕੀਤਾ, ਉਹਦੀ ਜ਼ਿੰਦਗੀ ਦੀ ਗੱਡੀ ਨਹੀਂ ਚੱਲ ਸਕਦੀ। ਦੋਨਾਂ ਜੀਆਂ ਨੇ ਦਿਨੇ ਰਾਤ ਸੇਵਾ ਸਿਮਰਨ ਵਿੱਚ ਧਿਆਨ ਲਗਾਇਆ। ਗ੍ਰਿਸ਼ਤੀ ਜੀਵਨ ਲੰਘਦਾ ਗਿਆ, ਸਮਾਂ ਆ ਗਿਆ। ਜਿਹੜੀ ਕਲਗੀ ਵਾਲੇ ਪਾਤਸ਼ਾਹ ਮਹਾਰਾਜ ਜੀ ਨੇ ਗੱਲ ਕਹੀ ਸੀ ਨਾ, ਉਹ ਅੱਜ ਪੂਰੀ ਹੋਣ ਲੱਗੀ ਹੈ। ਤੇ ਸਮਾਂ ਕਿਹੜਾ ਆਇਆ, ਫਿਰ ਭਾਗਾਂ ਵਾਲਾ ਦਿਨ ਚੜਿਆ। 5 ਮਈ 1718 ਨੂੰ ਆਲੂ ਪਿੰਡ ਵਿੱਚ ਭਾਈ ਬਦਰ ਸਿੰਘ ਜੀ ਦੇ ਘਰ ਇੱਕ ਪੁੱਤਰ ਨੇ ਜਨਮ ਲਿਆ, ਤੇ ਜਿਹਦਾ ਨਾਮ ਮਾਪਿਆਂ ਨੇ ਸਰਦਾਰ ਜੱਸਾ ਸਿੰਘ ਰੱਖਿਆ। ਜੱਸਾ ਸਿੰਘ ਪੈਦਾ ਹੋਇਆ, ਖੁਸ਼ੀਆਂ ਮਨਾਈਆਂ ਗਈਆਂ, ਚਾਹ ਚੜ ਗਏ, ਤੇ ਸਭ ਤੋਂ ਪਹਿਲਾਂ ਸ਼ੁਕਰਾਨਾ ਗੁਰੂ ਗੋਬਿੰਦ ਸਿੰਘ ਜੀ ਦਾ ਕੀਤਾ ਗਿਆ। ਕਿਉਂਕਿ ਜਿਸ ਗੁਰੂ ਨੇ ਦਾਤ ਬਖਸ਼ੀ ਹੋਵੇ, ਜਿਸ ਗੁਰੂ ਨੇ ਕਿਰਪਾ ਕੀਤੀ ਹੋਵੇ, ਮਨੁੱਖ ਉਹਦਾ ਸ਼ੁਕਰਾਨਾ ਨਾ ਕਰੇ ਤੇ ਫਿਰ ਇਹ ਨਾ ਸ਼ੁਕਰਾ ਬਣ ਜਾਂਦਾ, ਬੇਸ਼ੁਕਰਾ ਹੋ ਜਾਂਦਾ। ਸ਼ੁਕਰ ਕੀਤਾ ਗਿਆ, ਬਾਣੀ ਪੜੀ ਗਈ, ਲੰਗਰ ਲੱਗੇ, ਕੀਰਤਨ ਹੋਇਆ, ਤੇ ਭਾਈ ਬਦਰ ਸਿੰਘ ਦੇ ਘਰ ਵਿੱਚ ਰੱਬ ਨੇ ਖੁਸ਼ੀਆਂ ਦਿੱਤੀਆਂ। ਨਿੱਕੇ ਜਿਹੇ ਬੱਚੇ ਦਾ ਨਾਮ ਹਰੀਜਾ ਨਾਲ ਜੱਸਾ ਸਿੰਘ ਰੱਖਿਆ ਗਿਆ। ਜੱਸਾ ਸਿੰਘ ਹੋ ਗਿਆ ਵੱਡਾ। ਤੇ ਮੈਂ ਬੇਨਤੀ ਨੇੜੇ ਜੇ ਲੈ ਆਵਾਂ, 2-3 ਵਾਰਾਂ ਮੈਂ ਆਪਣੇ ਟਾਈਮ ਵਿੱਚ ਕਹਿਣੀਆਂ, ਪੂਰਾ ਅੱਧਾ ਘੰਟਾ ਮੇਰੇ ਕੋਲ ਸਮਾਂ ਬਾਕੀ ਹੈ, ਤੇ ਹਾਜ਼ਰੀ ਦੀ ਗੱਲ ਕਰਨੀ ਆਪਾਂ। ਬਾਕੀ ਇਤਿਹਾਸ ਤੇ ਬੜਾ ਲੰਬਾ, ਕਈ ਦਿਨ ਸੁਣਾਉਂਦੇ ਰਹੀਏ, ਤੇ ਜੱਸਾ ਸਿੰਘ ਆਲੂ ਵਾਲੇ ਦੀਆਂ ਬਾਤਾਂ ਨਹੀਂ ਮੁੱਕਣਗੀਆਂ, ਉਹਦਾ ਇਤਿਹਾਸ ਹੀ ਏਡਾ ਵੱਡਾ, ਏਡਾ ਲੰਬੀਰਾ। ਚੇਤੇ ਰੱਖਿਓ ਮੇਰੀਆਂ ਭੈਣਾਂ, ਮੇਰੇ ਵੀਰ, ਮਾਂ ਦਾ ਪ੍ਰਭਾਵ ਬੱਚੇ ਉੱਤੇ ਪੈਂਦਾ। ਜੇ ਮਾਂ ਬਾਣੀ ਪੜਨ ਵਾਲੀ ਹੈ ਤੇ ਬੱਚਾ ਵੀ ਬਾਣੀ ਪੜਨ ਵਾਲਾ ਹੋਵੇਗਾ। ਜੇ ਮਾਂ ਆਪ ਨਾਟਕ ਵੇਖਦੀ ਹੈ ਤੇ ਬੱਚਾ ਵੀ ਉਹ ਜਿਹਾ ਨਚਾਰ ਬਣ ਜਾਂਦਾ। ਜੇ ਘਰ ਵਿੱਚ ਨਸ਼ਾ ਪੱਤਾ ਚੱਲਦਾ ਹੋਵੇ, ਤੇ ਤੁਸੀਂ ਕਈ ਵਾਰੀ ਵੇਖਿਆ ਹੋਵੇਗਾ, ਚਾਚੇ ਤਾਏ ਸ਼ਾਮਾਂ ਨੂੰ ਗਲਾਸੀਆਂ ਖੜਕਾਉਂਦੇ ਹੋਣ, ਤੇ ਕਈ ਵਾਰੀ ਨਿਆਣਿਆਂ ਨੂੰ ਵਾਜਾਂ ਮਾਰਦੇ, ਉਹ ਰਿੰਕੂ ਇੱਧਰ ਆ, ਉਹ ਲਾਗੇ ਆਉਂਦਾ ਤੇ ਉਹਦੀ ਗਲਾਸੀ 'ਚ ਥੋੜ੍ਹਾ ਜਿਹਾ ਪਾਣੀ ਪਾ ਕੇ ਤੇ ਕਹਿਣਗੇ ਵੀ ਅੱਖਾਂ ਮੀਟ ਕੇ ਚਾੜ ਜਾ। ਉਹ ਨਿੱਕਾ ਜਿਹਾ ਮੁੰਡਾ ਵੇਖਦਾ ਵੀ ਇਹ ਕਿਹੜੀਆਂ ਕਰਤੂਤਾਂ ਕਰ ਰਿਹਾ, ਮਾਫ ਕਰ ਦਿਓ। ਉਹ ਫਿਰ ਨਿਆਣਾ ਵੀ ਉਹਨਾਂ ਵਾਂਗਰਾ ਐਕਟਿੰਗ ਕਰਦਾ ਤੇ ਪਾਣੀ ਪੀਂਦਾ ਅੱਖਾਂ ਮੀਟ ਕੇ, ਤੇ ਮੁੜ ਕੇ ਲਾਗੋਂ ਸਿੱਖਿਆ ਕੀ ਦਿੰਦੇ ਚਾਚੇ ਤਾਏ, ਕਹਿੰਦੇ ਆ ਵੀ ਹੁਣ ਇੱਧਰ ਨੂੰ ਨਾ ਗੁਆਂਢੀਆਂ ਦੇ ਘਰ ਵੱਲ ਨੂੰ ਮੂੰਹ ਕਰਕੇ ਤੇ 4-5 ਠੋਕ ਕੇ ਗਾਲਾਂ ਕੱਢ।
ਉਹ ਲੋਕੀ ਕਰਦੇ ਇਤਰਾ। ਮੈਂ ਤੁਹਾਨੂੰ ਵਿਖਾ ਸਕਦਾ ਜਿਨ੍ਹਾਂ ਨੇ ਇਤਰਾ ਨਿਆਣਿਆਂ ਨੂੰ ਗਜਾ ਲਿਆ, ਨਿੱਕਿਆਂ ਨਿੱਕਿਆਂ ਨੂੰ ਸਿੱਖਿਆ ਹੀ ਇਹੋ ਜਿਹੀ ਦਿੱਤੀ ਤੇ ਵੱਡੇ ਹੋਇਆਂ ਨੇ ਕਿਸੇ ਦਾ ਸਿਰ ਪਾੜਤਾ, ਵੱਡੇ ਹੋ ਕੇ ਕਿਸੇ ਨੇ ਕਿਸੇ ਦੀ ਗੱਡੀ ਘੇਰ ਲਈ, ਕਿਸੇ ਨੇ ਮੋਟਰਸਾਈਕਲ ਘੇਰ ਲਿਆ, ਕਿਸੇ ਨੇ ਕੋਈ ਲੜਾਈ ਝਗੜਾ ਵੱਡਾ ਕਰ ਲਿਆ, ਤੇ ਉਹ ਸਿੱਖਿਆ ਸਾਡੀ ਆਪਣੀ ਦਿੱਤੀ ਹੋਈ ਸਾਡੇ ਪੈਰਾਂ ਦੀ ਜੰਜੀਰ ਬਣ ਗਈ। ਉਹ ਬੱਚੇ ਕਈ ਨੁਕਸਾਨ ਕਰ ਗਏ ਜ਼ਿੰਦਗੀ ਵਿੱਚ, ਨੁਕਸਾਨ ਖੱਟ ਗਏ, ਸਿੱਖਿਆ ਚੰਗੀ ਨਹੀਂ ਮਿਲੀ। ਮਾਂ ਕਰਦੀ ਸੀ ਕੀਰਤਨ, ਚੇਤੇ ਰੱਖਿਓ, ਤੇ ਦੋ ਤਾਰੇ ਦੇ ਨਾਲ ਇੰਨਾ ਸੋਹਣਾ ਕੀਰਤਨ ਕਰਦੀ ਆ ਮਾਂ। ਉਹਨੇ ਜੱਸਾ ਸਿੰਘ ਨੂੰ ਆਪਣੀ ਗੋਦ ਵਿੱਚ ਬਿਠਾ ਕੇ ਤੇ ਦੋ ਤਾਰਾ ਵਜਾ ਕੇ ਤੇ ਬਾਣੀ ਪੜ੍ਹਨੀ। ਅੱਜ ਵੀ ਇਹੋ ਜਿਹੀਆਂ ਮਾਵਾਂ ਹੈਗੀਆਂ ਜਿਹੜੀਆਂ ਬੱਚਾ ਦੁੱਧ ਪੀਂਦਾ ਹੋਵੇ ਨਾ, ਮੈਂ ਵਾਰਾਂ ਭਾਵੇਂ ਦੋ ਘੱਟ ਲਾ ਲਵਾਂ ਇੱਕ, ਪਰ ਗੱਲ ਮੈਂ ਕੰਮ ਦੀ ਕਰਨੀ ਚਾਹੁੰਦਾ ਵੀ ਸ਼ਾਇਦ ਕਿਤੇ ਇੱਕ ਬੀਬੀ ਦੇ ਵੀ ਕੰਨੀ ਪੈ ਜੇ, ਉਹ ਮੇਰੀ ਗੱਲ ਨੂੰ ਫੋਲੋ ਕਰ ਲਵੇ ਤੇ ਭਲਾ ਹੋ ਸਕਦਾ। ਅੱਜ ਵੀ ਬੱਚਾ ਦੁੱਧ ਪੀਂਦਾ ਹੋਵੇ ਤੇ ਮਾਵਾਂ ਲਾਗੇ ਮੋਬਾਈਲ ਤੇ ਸੁਖਮਨੀ ਸਾਹਿਬ ਦਾ ਪਾਠ ਲਾ ਲੈਂਦੀਆਂ ਭਈ ਇਹਦੇ ਕੰਨਾਂ ਵਿੱਚ ਬਾਣੀ ਪਵੇ, ਇਹਦੇ ਕੰਨਾਂ ਵਿੱਚ ਨਿਤ ਨੇਮ ਪਵੇ, ਇਸ ਬੱਚੇ ਦੇ ਕੰਨਾਂ ਵਿੱਚ ਗੁਰੂ ਦੀ ਬਾਣੀ ਪੈ ਜਾਏ, ਤੇ ਜਿਹੜਾ ਅੰਮ੍ਰਿਤ ਰਸ ਪੀ ਰਿਹਾ ਨਾ ਮੇਰਾ ਸ਼ੀਰ, ਉਹਦੇ ਨਾਲ ਨਾਲ ਇਹਦੇ ਅੰਦਰ ਬਾਣੀ ਵੀ ਪ੍ਰਵੇਸ਼ ਕਰ ਜਾਵੇ ਤੇ ਮਹਾਨ ਸੂਰਬੀਰ ਬਣ ਸਕਦਾ। ਤੇ ਕਈ ਮਾਵਾਂ ਉਤਰਾਂ ਤੇ ਬੱਚੇ ਨੂੰ ਦੁੱਧ ਪਿਆਉਂਦੀਆਂ ਤੇ ਲਾਗੋਂ ਚੁਗਲੀਆਂ ਕਰੀ ਜਾਣੀਆਂ, ਦੂਜੀਆਂ ਨੂੰ ਉੱਚਾ ਨੀਵਾਂ ਕਹੀ ਜਾਣਾ, ਜਾਂ ਫਿਰ ਕਈ ਜਣਾ ਲੈ ਰਾਤੀ ਨਾਟਕ ਆ ਰਿਹਾ ਸੀ ਨਾ, ਉਹ ਫਲਾਣੀ ਦੇ ਘਰ ਵਾਲੇ ਦਾ ਐਕਸੀਡੈਂਟ ਹੋ ਗਿਆ, ਉਹ ਤਾਂ ਵਿਚਾਰਾ ਪਹਿਲਾਂ ਹੀ ਬੜਾ ਬਿਮਾਰ ਜਿਹਾ ਰਹਿੰਦਾ ਸੀ, ਉਹਦਾ ਤੇ ਇੰਜ ਹੋ ਗਿਆ, ਦੂਜਿਆਂ ਦਾ ਘਰ ਢਹਿ ਗਿਆ, ਗੱਲਾਂ ਨਾਟਕਾਂ ਦੀਆਂ ਕਰੀ ਜਾਣੀਆਂ ਤੇ ਲਾਗੇ ਬੈਠੀਆਂ ਵੀ ਹੰਗਾਰਾ ਭਰੀ ਜਾਂਦੀਆਂ ਵੀ ਸ਼ਾਇਦ ਕੋਈ ਇਹ ਸੱਚੀ ਮੁੱਚੀ ਘਟਨਾ ਹੋ। ਅਸੀਂ ਇਹੋ ਜਿਹੀਆਂ ਗੱਲਾਂ ਜਿਹੋ ਜਿਹੀਆਂ ਕਰਦੇ ਹਾਂ ਉਹ ਜਿਹਾ ਬੱਚਿਆਂ ਤੇ ਪ੍ਰਭਾਵ ਪੈਂਦਾ। ਮੈਂ ਬੇਨਤੀ ਕਰ ਰਿਹਾ, ਮਾਂ ਨੇ ਬਾਣੀ ਪੜ੍ਹੀ, ਸਿਮਰਨ ਕੀਤਾ ਤੇ ਬੱਚੇ ਤੇ ਵੀ ਉਹੋ ਜਿਹਾ ਪ੍ਰਭਾਵ ਪੈ ਗਿਆ। ਹੁਣ ਸਮਾਂ ਕਿਹੜਾ ਆ ਗਿਆ, ਅਨੰਦਪੁਰ ਸਾਹਿਬ ਦੀ ਧਰਤੀ ਨੂੰ ਛੱਡਿਆ ਗੁਰੂ ਗੋਬਿੰਦ ਸਿੰਘ ਜੀ ਨੇ, ਮਾਤਾ ਸੁੰਦਰੀ ਜੀ, ਮਾਤਾ ਸਾਹਿਬ ਕੌਰ ਜੀ, ਬਾਬਾ ਮਨੀ ਸਿੰਘ ਸਾਹਿਬ ਜੀ, ਬਾਬਾ ਦੀਪ ਸਿੰਘ ਸਾਹਿਬ ਦਿੱਲੀ ਵਿੱਚ ਚਲੇ ਗਏ ਤੇ ਦਿੱਲੀ ਵਿੱਚ ਮਾਤਾ ਸੁੰਦਰੀ ਜੀ ਰਹਿੰਦੇ ਰਹੇ ਤੇ ਬਾਕੀ ਸਾਰਾ ਪਰਿਵਾਰ ਕੌਮ ਤੋਂ ਗੁਰੂ ਗੋਬਿੰਦ ਸਿੰਘ ਜੀ ਨੇ ਵਾਰ ਦਿੱਤਾ। ਉਹ ਗੱਲ ਲੰਬੀ ਹੈ, ਪੁੱਤ ਵਾਰੇ, ਪਰਿਵਾਰ ਵਾਰਿਆ, ਆਪ ਵੀ ਕੌਮ ਤੋਂ ਆਪਾਂ ਨਿਸ਼ਾਵਰ ਕਰ ਗਿਆ ਗੁਰੂ ਗੋਬਿੰਦ ਸਿੰਘ। ਤੇ ਇੱਧਰ ਜੱਸਾ ਸਿੰਘ ਦੀ ਮਾਂ ਨੂੰ ਪਤਾ ਲੱਗਾ ਵੀ ਮਾਤਾ ਸੁੰਦਰੀ ਜੀ ਦਿੱਲੀ ਵਿੱਚ, ਸਮਝ ਗਏ ਨਾ ਮੇਰੀ ਗੱਲ ਨੂੰ, ਦਿੱਲੀ ਵਿੱਚ ਹੈ ਤੇ ਦਰਸ਼ਨ ਕਰਕੇ ਆਈਏ, ਆਪਣੇ ਪੁੱਤ ਨੂੰ ਨਾਲ ਲਿਆ। ਉਹ ਦਿੱਲੀ ਵੱਲ ਨੂੰ ਤੁਰ ਪਈ ਤੇ ਗਈ ਕਿਉਂ, ਮੈਂ ਭੁੱਲ ਨਾ ਜਾਵਾਂ, ਜਦੋਂ ਬੰਦੇ ਤੇ ਵਕਤ ਪੈ ਜਾਂਦਾ ਹੈ ਨਾ, ਜਦੋਂ ਬੰਦੇ ਤੇ ਮਾੜਾ ਸਮਾਂ ਆ ਜਾਂਦਾ, ਖਾਸ ਕਰਕੇ ਔਰਤ ਉੱਤੇ ਜਦੋਂ ਕੋਈ ਭਿਆਨਕ ਸਮਾਂ ਆ ਜਾਂਦਾ, ਉਹ ਕਈ ਵਾਰੀ ਫਿਰ ਕਈ ਆਸਰੇ ਵਿਚਾਰੀ ਲੱਭਦੀ ਹੈ ਭਈ ਸ਼ਾਇਦ ਕੋਈ ਰਿਸ਼ਤੇਦਾਰ ਹੀ ਮੈਨੂੰ ਆਸਰਾ ਦੇਵੇ, ਮੇਰੀ ਹੈਲਪ ਕਰੇ, ਮੇਰੀ ਮਦਦ ਕਰੇ, ਜਾਂ ਕੋਈ ਐਸਾ ਫਰਿਸ਼ਤਾ ਆਵੇ ਜਿਹੜਾ ਮੇਰੇ ਵਾਸਤੇ ਰੱਬ ਬਣ ਕੇ ਆਵੇ ਤੇ ਮੇਰੇ ਦੁੱਖ ਸੁੱਖ ਦਾ ਭਾਈਵਾਲ ਬਣ ਜਾਏ। ਇਹ ਮੈਂ ਤਾਂ ਬੇਨਤੀ ਕਰ ਰਿਹਾ ਵੀ ਭਾਈ ਬਦਰ ਸਿੰਘ ਚੜ੍ਹਾਈ ਕਰ ਗਿਆ ਸੀ, ਜੰਗਾਂ ਯੁੱਧਾਂ ਵਿੱਚ ਲੜਦਿਆਂ ਹੋਇਆਂ ਉਹ ਕੁਰਬਾਨੀ ਕਰ ਗਿਆ ਤੇ ਪਿੱਛੇ ਰਹਿ ਗਿਆ ਨਿੱਕਾ ਜਿਹਾ ਜੱਸਾ ਸਿੰਘ ਤੇ ਉਹਦੀ ਮਾਂ, ਦੋਨਾਂ ਜੀ ਦੋਵਾਂ ਬੱਚੇ ਨੇ ਤੇ ਮਾਂ ਨੇ ਤਿਆਰੀ ਕੀਤੀ ਤੇ ਦਿੱਲੀ ਚਲ ਗਏ, ਮਾਤਾ ਜੀ ਦੇ ਚਰਨਾਂ 'ਚ ਜਾ ਮੱਥਾ ਟੇਕਿਆ। ਮਾਤਾ ਸੁੰਦਰੀ ਜੀ ਨੂੰ ਸਾਰੀ ਗੱਲ ਦੱਸੀ, ਮਾਂ ਜੀ ਇਹਨੂੰ ਪਛਾਣਿਆ ਬੱਚੇ ਨੂੰ,
ਮਾਤਾ ਸੁੰਦਰੀ ਜੀ ਕਹਿਣ ਲੱਗੇ ਤੁਸੀਂ ਦੱਸੋ, ਸਾਰੀ ਗੱਲ ਦੱਸ ਦਿੱਤੀ ਹੈ, ਤੁਹਾਡੇ ਚਰਨਾਂ ਚੋਂ ਲਿਆ, ਇਹ ਗੁਰੂ ਗੋਬਿੰਦ ਸਿੰਘ ਨੇ ਬਖਸ਼ਿਸ਼ ਕੀਤਾ, ਅਰਦਾਸ ਅਨੰਦਪੁਰ ਸਾਹਿਬ ਵਿੱਚ ਹੋਈ ਸੀ, ਇਹ ਜੱਸਾ ਸਿੰਘ ਦਾ ਬਾਪ ਨਹੀਂ ਰਿਹਾ, ਮੈਂ ਤੁਹਾਡੇ ਕੋਲ ਆਈ ਹੈ ਭਈ ਇੱਥੇ ਦਰਸ਼ਨ ਵੀ ਕਰਾਂਗੀ, ਸੇਵਾ ਵੀ ਕਰਾਂਗੀ, ਤੇ ਜੇ ਮਾਤਾ ਜੀ ਤੁਹਾਡਾ ਹੁਕਮ ਹੋਵੇ ਤੇ ਅਸੀਂ ਇੱਥੇ ਰਹਿ ਸਕਦੇ ਹਾਂ। ਮਾਤਾ ਜੀ ਕਹਿਣ ਲੱਗੇ, ਗੁਰੂ ਦਾ ਦਰਬਾਰ ਹੈ, ਇਹ ਸਾਰਿਆਂ ਦਾ ਸਾਂਝਾ ਘਰ ਹੈ, ਤੇ ਜੇ ਤੁਸੀਂ ਆਏ ਹੋ ਨਾ ਤੇ ਤੁਹਾਨੂੰ ਇੱਥੋਂ ਦਰਕਾਰਿਆ ਨਹੀਂ ਜਾ ਸਕਦਾ, ਤੁਸੀਂ ਵੀ ਇੱਥੇ ਰਹਿ ਸਕਦੇ ਹੋ, ਸੇਵਾ ਕਰਿਆ ਕਰੋ, ਬਾਣੀ ਪੜ੍ਹਿਆ ਕਰੋ। ਹੁਣ ਦਿਨੇ ਰਾਤ ਬਾਣੀ ਪੜ੍ਹਦੇ ਹੈ, ਸੇਵਾ ਕਰਦੇ ਹੈ, ਇੱਕ ਦਿਨ ਬਹਾਨਾ ਬਣ ਗਿਆ। ਮਾਤਾ ਜੀ ਕਹਿਣ ਲੱਗੇ, ਭਈ ਸੁਣਿਆ ਤੁਸੀਂ ਬੀਬੀ ਜੀ ਕੀਰਤਨ ਕਰ ਲੈਂਦੇ ਹੋ। ਹਾਂ ਮਾਂ ਜੀ ਕੀਰਤਨ ਕਰ ਲੈਂਦੇ ਹਾਂ। ਉਹਨਾਂ ਆਖਿਆ, ਫਿਰ ਆਸਾ ਦੀ ਵਾਰ ਸੁਣਾਓਗੇ? ਹਾਂ ਮਾਂ ਜੀ ਜ਼ਰੂਰ ਕੀਰਤਨ ਕਰਾਂਗੇ। ਦੋਤਾਰਾ ਹੱਥ ਵਿੱਚ ਲੈ ਲਿਆ, ਇਤਿਹਾਸ ਕਹਿੰਦਾ ਵੀ ਕੋਲ ਸਾਹਮਣੇ ਜੱਸਾ ਸਿੰਘ ਬੈਠਾ ਹੈ, 5.5-6 ਸਾਲ ਦੀ ਉਮਰ ਹੈ, ਤੇ ਨਾਲ ਨਾਲ ਮਾਂ ਦੇ ਬਾਣੀ ਪੜ੍ਹੀ ਜਾਵੇ, ਪੌੜੀਆਂ ਛੱਕੇ ਪੜ੍ਹੀ ਜਾਵੇ, ਤੇ ਪੜੂਗਾ ਤੇ ਉਹ ਜਿਹਨੇ ਸੁਣਿਆ ਚੰਗਾ ਹੋਵੇ। ਗੱਲ ਤੇ ਫਿਰ ਉੱਥੇ ਹੀ ਆਉਂਦੀ ਹੈ। ਹੁਣ ਮਾਂ ਕੀਰਤਨ ਕਰੀ ਜਾਂਦੀ, ਨਾਲ ਨਾਲ ਬੱਚਾ ਵੀ ਕਰੀ ਜਾਂਦਾ। ਮਾਤਾ ਸੁੰਦਰੀ ਜੀ ਇੰਨੇ ਨਿਹਾਲ ਹੋ ਗਏ, ਇੰਨੇ ਖੁਸ਼ੀ ਵਿੱਚ ਆਏ, ਜੱਸਾ ਸਿੰਘ ਨੂੰ ਘੁੱਟ ਕੇ ਸੀਨੇ ਨਾਲ ਲਾਇਆ, ਮੱਥਾ ਚੁੰਮਿਆ, ਤੇ ਗੱਲ ਵਕੜੀ ਵਿੱਚ ਲੈ ਕੇ ਕਹਿਣ ਲੱਗੇ, ਜੱਸਾ ਸਿੰਘ ਆ ਤੂੰ ਬੜਾ ਬਹਾਦਰ ਬਣੇਗਾ, ਬੜਾ ਨਾਮਦਾਰ ਰੱਸੀਆਂ ਹੈ, ਤੇਰੀ ਸੇਵਾ ਵੱਡੀ ਹੈ, ਤੇ ਅਸੀਂ ਤੈਨੂੰ ਆਪਣੇ ਕੋਲ ਰੱਖ ਕੇ ਆਪਣਾ ਪੁੱਤਰ ਬਣਾ ਕੇ ਪਾਲਾਂਗੇ। ਮਾਂ ਨੇ ਪਾਲਿਆ, ਥੋੜਾ ਜਿਹਾ ਵੱਡਾ ਹੋ ਗਿਆ, ਤੇ ਅਚਾਨਕ ਮਾਮਾ ਜੀ ਚਲੇ ਗਏ। ਉਹ ਇਤਿਹਾਸ ਲੰਬੇਰਾ, ਮਾਮਾ ਗਿਆ ਤੇ ਜਾ ਕੇ ਬੇਨਤੀ ਕਰਨ ਲੱਗੇ, ਮਾਤਾ ਜੀ ਜੇ ਤੁਹਾਡਾ ਹੁਕਮ ਹੋਵੇ ਤੇ ਬੜੇ ਚਿਰਾਂ ਤੋਂ ਭੈਣ ਜੀ ਹੋ ਰਹੀ ਤੇ ਮੇਰਾ ਭਣੇਵਾ ਤੁਹਾਡੇ ਕੋਲ ਰਹਿੰਦੇ ਆ, ਤੇ ਜੇ ਤੁਹਾਡੀ ਆਗਿਆ ਹੋਵੇ ਥੋੜਾ ਜਿਹਾ ਵੱਡਾ ਹੋ ਗਿਆ, ਇਹਦੀ ਵਿਦਿਆ ਦਾ ਵੀ ਪ੍ਰਬੰਧ ਕੀਤਾ ਜਾਏ, ਤੇ ਨਾਲੇ ਮੈਂ ਚਾਹੁੰਦਾ ਵੀ ਇਹਦੀ ਕੋਈ ਮੁਕੰਮਲ ਸਿੱਖਿਆ ਜਿਹੜੀ ਦਲ ਪੰਥ ਕੋਲ ਇਹਨੂੰ ਦਵਾਈ ਜਾਵੇ। ਜੇ ਤੁਹਾਡਾ ਹੁਕਮ ਹੈ ਤੇ ਮੈਂ ਨਾਲ ਲੈ ਜਾਵਾਂ ਆਪਣੇ ਭਾਣਜੇ ਨੂੰ। ਮਾਤਾ ਜੀ ਕਹਿਣ ਲੱਗੇ ਆਗਿਆ, ਪਰ ਜਦੋਂ ਤੁਰਨ ਲੱਗੇ ਨਾ ਦੋਵੇਂ ਮਾਂ ਪੁੱਤ ਅੱਖਾਂ ਭਰ ਆਈਆਂ, ਮਾਤਾ ਜੀ ਨੂੰ ਮੱਥਾ ਟੇਕ ਕੇ ਵਿਦਾ ਹੋਣ ਲੱਗੇ, ਤੇ ਮਾਂ ਨੇ ਫਿਰ ਆਵਾਜ਼ ਮਾਰੀ, ਜੱਸਾ ਸਿੰਘਾ ਆ ਤੈਨੂੰ ਕੁਝ ਦਈਏ। ਮਾਤਾ ਜੀ ਨੇ ਇੱਕ ਸ਼ਮਸ਼ੀਰ ਬਖਸ਼ੀ, ਮਾਤਾ ਸੁੰਦਰ ਕੌਰ ਜੀ ਨੇ ਇੱਕ ਪੁਸ਼ਾਕ ਦਿੱਤੀ ਹੈ, ਇੱਕ ਢਾਲਾ ਬਖਸ਼ਿਸ਼ ਕੀਤਾ, ਮਾਤਾ ਜੀ ਨੇ ਇੱਕ ਹੁਕਮਨਾਮਾ ਲਿਖ ਕੇ ਭੇਜਿਆ ਕਿ ਜਿੱਥੇ ਵੀ ਜਾਓਗੇ ਇਹ ਸਾਡੀ ਚਿੱਠੀ ਦਲ ਪੰਥ ਨੂੰ ਦੇਣੀ ਹੈ, ਤੇ ਕੌਮ ਦੀ ਵੱਡੀ ਸੇਵਾ ਕਰਨੀ ਤੇ ਚੇਤੇ ਰੱਖਿਓ। ਸਰਦਾਰ ਜੱਸਾ ਸਿੰਘ ਆਪਣਾ ਮਾਮਾ ਜੀ ਦੇ ਨਾਲ ਤਿਆਰੀ ਕਰਕੇ ਪਹੁੰਚਿਆ ਤੇ ਕਰਤਾਰਪੁਰ ਆ ਗਿਆ, ਕਰਤਾਰਪੁਰ ਜਲੰਧਰ ਦੇ ਲਾਗੇ। ਇਹ ਕਰਤਾਰਪੁਰ ਵਿੱਚ ਬੈਠਾ ਨਵਾਬ ਕਪੂਰ ਸਿੰਘ ਕੌਮ ਦਾ ਜਥੇਦਾਰ ਹੈ, ਤੇ ਉਹਦੇ ਸਾਹਮਣੇ ਆਣ ਕੇ ਮਾਮੇ ਨੇ ਬੇਨਤੀ ਕਰ ਦਿੱਤੀ। ਉਹਨੇ ਕਿਹਾ, ਉਹਨੇ ਆਖਿਆ ਵੀ ਇਹ ਜੱਸਾ ਸਿੰਘ ਮੇਰਾ ਭਣੇਵਾ, ਤੇ ਜੇ ਜਥੇਦਾਰ ਜੀ ਨੂੰ ਦਲ ਪੰਥ ਵਿੱਚ ਰੱਖ ਲਓ। ਜਥੇਦਾਰ ਸਾਹਿਬ ਜੀ ਕਹਿਣ ਲੱਗੇ, ਆ ਗਿਆ ਰਹਿਣ ਲੱਗ ਪਿਆ, ਘੋੜਿਆਂ ਦੀ ਸੇਵਾ ਕਰੇ, ਲੰਗਰ ਪਕਾਵੇ, ਵਰਤਾਵੇ, ਬਣਾਵੇ, ਬੜੀਆਂ ਸੇਵਾਵਾਂ ਕਰਦਾ, ਜੂਠੇ ਭਾਂਡੇ ਮਾਂਜਦਾ ਲੰਗਰ ਦੇ। ਤੇ ਇੱਕ ਦਿਨ ਇੱਕ ਅਨੋਖੀ ਜੀ ਘਟਨਾ ਵਾਪਰੀ, ਮੈਂ ਦੱਸ ਕੇ ਫਿਰ ਅੱਗੇ ਜਾਣਾ ਚਾਹੁੰਦਾ। ਕਈ ਵਾਰੀ ਨਾ ਪੰਥ ਵਿੱਚੋਂ ਵੱਡੀਆਂ ਬਰਕਤਾਂ ਮਿਲਦੀਆਂ। ਨਵਾਬ ਕਪੂਰ ਸਿੰਘ ਬੈਠਾ, ਜੱਸਾ ਸਿੰਘ ਦਿੱਲੀ ਰਹਿਣ ਕਰਕੇ ਥੋੜ੍ਹੀ ਥੋੜ੍ਹੀ ਹਿੰਦੀ ਵੀ ਬੋਲਦਾ ਸੀ, ਵਿੱਚ ਹਮਕੋ ਤੁਮਕੋ ਬੋਲ ਲੈਂਦਾ ਸੀ, ਕਿਉਂਕਿ ਬਹੁਤਾ ਸਮਾਂ ਦਿੱਲੀ ਰਹੇ ਸਨ। ਉਹਨਾਂ ਨੇ ਜਦੋਂ ਸ਼ਬਦ ਹਿੰਦੀ ਦੇ ਵਰਤਿਆ ਕਰਨੇ ਆਪਣੀਆਂ ਗੱਲਾਂ ਬਾਤਾਂ ਵਿੱਚ,
ਤੇ ਕਈ ਨਿਹੰਗ ਸਿੰਘਾਂ ਨੇ ਜਥੇਦਾਰਾਂ ਨੇ ਛੇੜ ਦਿਆ ਕਰਨਾ। ਉਹਨਾਂ ਕਹਿਣਾ ਜੱਸਾ ਸਿੰਘਾ ਤੇਰਾ ਨਾਂ ਰੱਖ ਦੇਣਾ ਹਮਕੋ ਤੁਮਕੋ। ਕਈਆਂ ਨੇ ਛੇੜਨਾ ਜਾਣ ਬੁੱਝ ਕੇ ਕਹਿਣਾ। ਇੱਕ ਦਿਨ ਜੱਸਾ ਸਿੰਘ ਕੋਲ ਗਿਆ ਤੇ ਜਾ ਕੇ ਕਹਿੰਦਾ ਨਵਾਬ ਸਾਹਿਬ ਮੈਂ ਬੇਨਤੀ ਕਰਨੀ। ਉਹਨਾਂ ਆਖਿਆ ਦੱਸ। ਕਹਿੰਦਾ ਜੀ ਇਹ ਕੁਝ ਸਿੰਘ ਮੈਨੂੰ ਛੇੜਦੇ ਆ ਜਾਣ ਬੁੱਝ ਕੇ, ਮਜ਼ਾਕ ਕਰਦੇ ਆ, ਮੈਨੂੰ ਸਤਾਉਂਦੇ ਆ। ਤੇ ਜਥੇਦਾਰ ਸਾਹਿਬ ਜੀ ਕਹਿੰਦੇ ਕੀ ਕਹਿੰਦੇ ਆ ਭਾਈ, ਹੁਣੇ ਪੁੱਛਾਂਗੇ ਕੌਣ ਆ ਭਾਈ ਜੱਸਾ ਸਿੰਘ ਨੂੰ ਘੂਰਨ ਵਾਲਾ। ਕਹਿੰਦੇ ਨਹੀਂ ਮਹਾਰਾਜ ਘੂਰਿਆ ਨਹੀਂ, ਅਸੀਂ ਤੇ ਮਜ਼ਾਕ ਨਾਲ ਕਹਿੰਦੇ ਆ ਹਮਕੋ ਤੁਮਕੋ, ਭਈ ਇਹ ਹਿੰਦੀ ਬੋਲਦਾ। ਜੱਸਾ ਸਿੰਘ ਨੇ ਆਖਿਆ ਮਹਾਰਾਜ ਜਦੋਂ ਇਸ ਤਰ੍ਹਾਂ ਕਹਿੰਦੇ ਮੈਨੂੰ ਚੰਗਾ ਨਹੀਂ ਲੱਗਦਾ, ਇਹ ਮੇਰਾ ਨਾਂ ਲੈ ਕੇ ਮੈਨੂੰ ਬੁਲਾਉਣ ਜੱਸਾ ਸਿੰਘ। ਤੇ ਨਵਾਬ ਕਪੂਰ ਸਿੰਘ ਹੱਸ ਪਿਆ, ਕਹਿੰਦਾ ਜੱਸਾ ਸਿੰਘ ਇੱਕ ਗੱਲ ਕਵਾਂ। ਜਥੇਦਾਰ ਜੀ ਦੱਸੋ। ਕਹਿੰਦੇ ਪੰਥ ਬੜਾ ਬਖਸ਼ਿੰਦਾ ਹੈ, ਇਹ ਪੰਥ ਬੜਾ ਵੱਡਾ ਹੈ, ਇਹ ਪੰਥ ਗੁਰੂ ਦਾ ਨਵਾਜੇ। ਤੂੰ ਤੇ ਗੁੱਸਾ ਕਰਦਾ ਹਮਕੋ ਤੁਮਕੋ ਕਹਿਣ ਤੇ, ਇਹ ਪੰਥ ਚਾਹਵੇ ਤੇ ਕਿਸੇ ਨੂੰ ਮਜ਼ਾਕ ਮਜ਼ਾਕ ਵਿੱਚ ਬਾਦਸ਼ਾਹ ਵੀ ਬਣਾ ਦਿੰਦਾ ਈ। ਆਹ ਘੋੜਿਆਂ ਦੀ ਲਿਦ ਹਟਾਉਣ ਵਾਲੇ ਨੂੰ ਨਵਾਬੀ ਦਿੱਤੀ ਹੈ ਮੈਨੂੰ, ਇਸੇ ਪੰਥ ਨਹੀਂ, ਇਹ ਪੰਥ ਬੜੀਆਂ ਰਹਿਮਤਾਂ ਵਰਤਾਉਂਦਾ, ਇਹਨਾਂ ਦਾ ਗੁੱਸਾ ਨਹੀਂ ਕਰੀਦਾ ਹੁੰਦਾ ਚੜ੍ਹਦੀ ਕਲਾ ਵਾਲੇ ਸਿੰਘਾਂ ਦਾ। ਜਦੋਂ ਇਹ ਗੱਲ ਦੱਸੀ ਨਾ ਆਪਣੀ ਵੀ ਮੈਨੂੰ ਨਵਾਬ ਬਣਾਇਆ ਇਸੇ ਪੰਥ ਨੇ ਤੇ ਮੈਂ ਜਥੇਦਾਰ ਬਣ ਕੇ ਬੈਠਾ, ਤੇ ਕੀ ਪਤਾ ਤੈਨੂੰ ਸੁਲਤਾਨੇ ਉਲ ਕੌਮ ਬਣਾ ਦੇਣ, ਤੈਨੂੰ ਬਾਦਸ਼ਾਹ ਬਣਾ ਦੇਣ, ਮੈਨੂੰ ਤਾਂ ਨਵਾਬ ਹੀ ਬਣਾਇਆ। ਇਹ ਗੱਲ ਕਹੀ ਜੱਸਾ ਸਿੰਘ ਨੇ ਮੱਥਾ ਟੇਕਿਆ, ਦੋਵੇਂ ਹੱਥ ਜੋੜੇ, ਕਹਿੰਦਾ ਜਥੇਦਾਰ ਸਾਹਿਬ ਜੋ ਮਰਜ਼ੀ ਕਹਿਣ ਮੈਂ ਅੱਜ ਤੋਂ ਬਾਅਦ ਗੁੱਸਾ ਨਹੀਂ ਕਰਾਂਗਾ, ਸਮਾਂ ਆ ਗਿਆ। ਵਾਕਿਆ ਹੀ ਉਹ ਘੜੀ ਆਈ, ਅਕਾਲ ਤਖ਼ਤ ਦੀ ਧਰਤੀ ਅੰਦਰ ਦੋ ਦਲ ਬਣੇ, ਇੱਕ ਦਲ ਹੈ ਬੁੱਢਾ ਦਲ ਤੇ ਦੂਜਾ ਹੈ ਤਰਨਾ ਦਲ। ਉਹਨਾਂ ਦੋਨਾਂ ਜਥੇਦਾਰਾਂ ਨੇ ਬੈਠ ਕੇ ਮਤਾ ਪਾਇਆ ਤੇ ਉਹ ਕਹਿਣ ਲੱਗੇ ਵੀ ਸਰਦਾਰ ਜੱਸਾ ਸਿੰਘ ਆਲੂ ਵਾਲੀਏ ਸਰਦਾਰ ਨੂੰ ਸੁਲਤਾਨੇ ਉਲ ਕੌਮ ਅਲਾਲਣਾ ਚਾਹੀਦਾ, ਇਹਨੂੰ ਕੌਮ ਦਾ ਬਾਦਸ਼ਾਹ ਮੰਨਣਾ ਚਾਹੀਦਾ। ਜਦੋਂ ਇਹ ਗੱਲ ਆਖੀ ਸੇਵਾ ਵੇਖ ਕੇ ਤਾਂ ਜੱਸਾ ਸਿੰਘ ਆਲੂ ਵਾਲੀਆ ਸੇਵਾਦਾਰ ਬਣ ਕੇ ਵਿਚਰਦਾ ਰਿਹਾ, ਅੱਜ ਬਾਦਸ਼ਾਹ ਬਣ ਗਿਆ। ਅੱਜ ਸਿਰ ਤੇ ਲਾਈ ਹੈ ਕਲਗੀ, ਅੱਜ ਹੈ ਘੋੜਿਆਂ ਦੀ ਸੇਵਾ ਕਰਨ ਵਾਲਾ, ਬਾਦਸ਼ਾਹ ਬਣ ਕੇ ਤਖ਼ਤ ਉੱਤੇ ਬੈਠਾ। ਇੱਧਰ ਅਬਦਾਲੀ ਨੇ ਕੀਤੇ ਹਮਲੇ, ਬਾਰ ਬਾਰ ਸਿੱਖਾਂ ਨੂੰ ਚੜਾਉਂਦਾ ਰਿਹਾ ਤੇ 11 ਵਾਰ ਸਾਡੇ ਦੇਸ਼ ਉੱਤੇ ਚੜ ਕੇ ਅਹਿਮਦ ਸ਼ਾਹ ਅਬਦਾਲੀ ਆਇਆ। ਜਦੋਂ ਉਹਨੇ ਵੱਡਾ ਘੱਲੂ ਘਾਰਾ ਕੀਤਾ ਸੀ ਕੁੱਪ ਤੇ ਰਹੀੜੇ ਪਿੰਡ ਵਿੱਚ, 35,000 ਸਿੱਖਾਂ ਦਾ ਬਾਲ ਬੱਚਾ ਸ਼ਹੀਦ ਕਰ ਦਿੱਤਾ ਇੱਕੇ ਦਿਨ ਵਿੱਚ। ਇਹ ਗੱਲ ਯਾਦ ਰੱਖੋ, ਸ਼ਾਇਦ ਕਿਸੇ ਕੌਮ ਦਾ ਹੋਰ ਦਾ ਨੁਕਸਾਨ ਹੋਇਆ ਹੁੰਦਾ ਨਾ ਇੰਨਾ, ਉਹ ਕੌਮ ਖਤਮ ਹੋ ਜਾਂਦੀ, ਉਹ ਕੌਮ ਦੇਸ਼ ਤੋਂ ਨਬੂਦ ਹੋ ਜਾਂਦੀ। ਅਜੇ ਅਬਦਾਲੀ ਚੜ ਕੇ ਆਇਆ, ਇਹ ਸਿੰਘਾਂ ਦੇ ਨਾਲ ਟੱਕਰ ਲੈਣ ਵਾਸਤੇ ਮੈਦਾਨੇ ਜੰਗ ਵਿੱਚ ਆਣ ਕੇ ਡੇਰੇ ਲਾਈ ਬੈਠਾ। ਇਧਰੋਂ ਸਰਦਾਰ ਜੱਸਾ ਸਿੰਘ ਲੈ ਕੇ ਆਪਣੇ ਸਾਥੀ ਸਿੰਘਾਂ ਨੂੰ ਨਾਲ, ਲੈ ਕੇ ਆਪਣੇ ਯੋਧੇ ਸਰਦਾਰਾਂ ਨੂੰ ਨਾਲ ਪਾ ਕੇ ਘੋੜਿਆਂ ਉੱਤੇ ਕਾਠੀਆਂ ਅਕਾਲ ਤਖ਼ਤ ਸਾਹਿਬ ਦੀ ਧਰਤੀ ਵਿੱਚ ਸੋਧ ਕੇ ਅਰਦਾਸਾ ਤੁਰਿਆ ਹੈ ਤੇ ਜਾ ਪਹੁੰਚਿਆ ਉਹ ਮਾਲਵੇ ਦੀ ਧਰਤੀ ਵਿੱਚ। ਇੱਕ ਪਾਸੇ ਅਬਦਾਲੀ ਬੈਠਾ, ਦੂਜੇ ਪਾਸੇ ਸਰਦਾਰ ਜੱਸਾ ਸਿੰਘ ਆਲੂਵਾਲੀਆ ਤੇ ਕੌਮ ਦਾ ਜਥੇਦਾਰ। ਉਹ ਕੀ ਕਹਿਣ ਲੱਗਾ, ਕਹਿੰਦਾ ਖਾਲਸਾ ਜੀ ਐਵੇਂ ਨਹੀਂ ਵਾਰ ਕਰਨਾ, ਖਾਲਸਾ ਸੁੱਤਿਆਂ ਤੇ ਨਿਰਦੋਸ਼ਾਂ ਤੇ ਬੇਹਥਿਆਰਿਆਂ ਤੇ ਵਾਰ ਨਹੀਂ ਕਰਦਾ, ਦੱਸ ਕੇ ਵੰਗਾਰ ਕੇ ਲਲਕਾਰ ਕੇ ਵਾਰ ਕਰਦਾ। ਫਿਰ ਜਥੇਦਾਰ ਜੀ ਕੀ ਕਰੀਏ, ਸਰਦਾਰ ਜੱਸਾ ਸਿੰਘ ਆਲੂ ਵਾਲੀਆ ਸਰਦਾਰ ਸੁਲਤਾਨੇ ਉਲ ਕੌਮ ਲਿਖ ਕੇ ਚਿੱਠੀ ਅਹਿਮਦ ਸ਼ਾਹ ਅਬਦਾਲੀ ਨੂੰ ਵੰਗਾਰ ਆਪਣੇ ਵੱਲੋਂ ਹੇ ਇੰਜ ਪਾਈ ਜਾਂਦਾ ਵਾ।
ਕੋਈ ਸੁਲਾ ਸਫਾਈ ਨਹੀਂ, ਜੰਗ ਵਿੱਚ ਅਸੀਂ ਫੈਸਲਾ ਕਰਨਾ। ਕੋਈ ਸੁਲਾ ਸਫਾਈ ਨਹੀਂ, ਜੰਗ ਵਿੱਚ ਅਸੀਂ ਫੈਸਲਾ ਕਰਨਾ। ਇੱਕ ਠੋਕ ਕੇ ਕਹਿੰਦੇ ਹਾਂ ਸਾਨੂੰ ਅਬਦਾਲੀ ਦਾ ਡਰਨਾ, ਇੱਕ ਠੋਕ ਕੇ ਕਹਿੰਦੇ ਹਾਂ ਸਾਨੂੰ ਅਬਦਾਲੀ ਦਾ ਡਰਨਾ। ਜ਼ਾਲਮ ਨੂੰ ਡੰਨ ਦੇਣਾ, ਜ਼ਾਲਮ ਨੂੰ ਡੰਨ ਦੇਣਾ, ਸਾਡੇ ਸਤਿਗੁਰ ਨੇ ਸਮਝਾਇਆ, ਕਹਿ ਦਿਓ ਅਬਦਾਲੀ ਨੂੰ ਬਦਲਾ ਲੈਣ ਖਾਲਸਾ। ਕੱਲੂ ਕਾਰੇ ਦੇ ਉਸਨੇ ਜ਼ੁਲਮ ਕਮਾਇਆ ਪਾਰਾ, ਭੁੱਲਣਾ ਨਹੀਂ ਸਿੰਘਾਂ ਨੂੰ ਉਸਨੇ ਜੋ ਕੀਤਾ ਹੈ ਕਾਰਾ, ਭੁੱਲਣਾ ਨਹੀਂ ਸਿੰਘਾਂ ਨੂੰ ਉਸਨੇ ਜੋ ਕੀਤਾ ਹੈ ਕਾਰਾ। ਮਾਈਆਂ ਤੇ ਬੱਚਿਆਂ ਨੂੰ ਬਿਨਾਂ ਕਸੂਰੋਂ ਮਾਰ ਮੁਕਾਇਆ, ਮਾਈਆਂ ਤੇ ਬੱਚਿਆਂ ਨੂੰ ਬਿਨਾਂ ਕਸੂਰੋਂ ਮਾਰ ਮੁਕਾਇਆ।
ਬਰਕਤ ਵਾਲਾ ਝੰਡਾ ਹੈ ਕਿ ਉਹਦੀ ਵਿੱਚ ਕੱਢਣਾ, ਸਿੰਘਾਂ ਨੇ ਜਿੱਤ ਵਾਲਾ ਝੰਡਾ ਹੈ ਕਿ ਉਹਦੀ ਵਿੱਚ ਕੱਢਣਾ, ਪਾਪੀ ਜੁਰਮਾਨੇ ਨੂੰ ਜੰਗ ਵਿੱਚ ਕੈਰਾਂ ਵਾਂਗੂ ਵੱਢਣਾ, ਪਾਪੀ ਜੁਰਮਾਨੇ ਨੂੰ ਜੰਗ ਵਿੱਚ ਕੈਰਾਂ ਵਾਂਗੂ ਵੱਢਣਾ, ਕੇ ਕਿੰਜ ਜਾਵੇਗਾ ਉਸਨੇ ਸੁੱਤਾ ਸ਼ੇਰ ਜਗਾਇਆ, ਕਹਿ ਦਿਓ ਅਬਦਾਲੀ ਨੂੰ ਬਦਲਾ ਲੈਣ ਖਾਲਸਾ ਆਇਆ, ਕਹਿ ਦਿਓ ਅਬਦਾਲੀ ਨੂੰ ਬਦਲਾ ਲੈਣ ਖਾਲਸਾ ਆਇਆ, ਤੁਸੀਂ ਨਿਉਂਦਾ ਪਾਇਆ ਹੈ ਉਸ ਦੀ ਅਸਾਂ ਮੋੜਨੀ ਭਾਜੀ, ਅਸੀਂ ਮੌਤੋਂ ਜਨਮ ਲਿਆ ਲਾਉਂਦੇ ਹਾਂ ਜ਼ਿੰਦਗੀ ਦੀ ਬਾਜ਼ੀ, ਅਸੀਂ ਮੌਤੋਂ ਜਨਮ ਲਿਆ ਲਾਉਂਦੇ ਹਾਂ ਜ਼ਿੰਦਗੀ ਦੀ ਬਾਜ਼ੀ, ਹੁਣ ਕੰਡ ਵਿਖਾਵੇ ਨਾ ਜੇ ਹੈ ਕਿਸੇ ਮਰਦ ਦਾ ਜਾਇਆ, ਹੁਣ ਕੰਡ ਵਿਖਾਵੇ ਨਾ ਜੇ ਹੈ ਕਿਸੇ ਮਰਦ ਦਾ ਜਾਇਆ, ਬਦਲਾ ਲੈਣ ਖਾਲਸਾ ਆਇਆ, ਕਹਿ ਦਿਓ ਅਬਦਾਲੀ ਨੂੰ ਬਦਲਾ ਲੈਣ ਖਾਲਸਾ ਆਇਆ, ਬਦਲਾ ਲੈਣ ਖਾਲਸਾ ਆਇਆ, ਬਦਲਾ ਲੈਣ ਖਾਲਸਾ ਆਇਆ, ਸਰਦਾਰ ਜੱਸਾ ਸਿੰਘ ਆਲੂਵਾਲੀਆ ਕੌਮ ਦਾ ਜਥੇਦਾਰ ਸਾਥੀ ਸਿੰਘਾਂ ਨੂੰ ਇਹ ਗੱਲ ਕਹਿ ਰਿਹਾ ਸੀ, ਚਿੱਠੀ ਦੇ ਕੇ ਹੰਗਾਰ ਕੇ ਸੁਨੇਹਾ ਭੇਜ ਕੇ ਫੇਰ ਸਰਹੰਦ ਉੱਤੇ ਹਮਲਾ ਕਰਾਂਗੇ, ਅਬਦਾਲੀ ਕੋਲੋਂ ਵੱਡੇ ਘੱਲੂਘਾਰੇ ਦਾ ਬਦਲਾ ਲੈਣਾ। ਮੈਂ ਇੱਕੋ ਹੀ ਵਾਰ ਕਹਿਣੀ ਹੈ, ਜਿਵੇਂ ਜੈਨ ਖਾਂ ਦਾ ਸਿਰ ਵੱਢਿਆ ਸਿੰਘਾਂ ਸਰਦਾਰਾਂ ਨੇ ਤੇ ਦੂਜੀ ਵਾਰ ਸਰਹੰਦ ਨੂੰ ਫਤਿਹ ਕੀਤਾ ਸੀ ਗੁਰੂ ਕੇ ਖਾਲਸੇ ਨੇ, ਇੱਕ ਵਾਰੀ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਸਰਹੰਦ ਜਿੱਤੀ, ਉਹਨੇ ਢਾਈ ਨਹੀਂ ਤੇ ਸਰਹੰਦ ਦੂਜੀ ਵਾਰੀ ਫਿਰ ਖਾਲਸੇ ਨੇ ਮਲੀਆ ਮੇਟ ਕਰ ਦਿੱਤੀ ਸੀ, ਉਹਦੀ ਅਗਵਾਈ ਸਰਦਾਰ ਜੱਸਾ ਸਿੰਘ ਆਲੂਵਾਲੀਆ ਕਰ ਰਿਹਾ ਸੀ। ਸਰਦਾਰ ਥਰਾਜ ਸਿੰਘ ਵਰਗੇ ਸੂਰਬੀਰ ਇਹ ਗੱਲ ਕਹਿ ਕੇ ਤੁਰੇ ਸਨ, ਜੱਸਾ ਸਿੰਘ ਇੱਕ ਗੱਲ ਚੇਤੇ ਰੱਖਿਓ, ਜਿਹੜਾ ਮਰਜ਼ੀ ਅਬਦਾਲੀ ਨੂੰ ਮਾਰੇ ਇਹ ਗੱਲ ਵੱਖਰੀ ਹੈ, ਪਰ ਸਿਰ ਮੈਂ ਵੱਢਣਾ। ਜੈਨ ਖਾਂ ਨੂੰ ਜਿਹੜਾ ਮਰਜ਼ੀ ਮਾਰੇ ਪਰ ਸਿਰ ਮੈਂ ਵੱਢੂੰਗਾ, ਉਹਨਾਂ ਆਖਿਆ ਜੇ ਤੇਰਾ ਦਾ ਨਾ ਲੱਗਾ, ਕਹਿੰਦਾ ਇਹ ਗੱਲ ਵੱਖਰੀ ਹੈ,
ਪਰ ਇੱਕ ਮੈਂ ਪ੍ਰਣ ਕਰਕੇ ਤੁਰਨ ਲੱਗਾ ਵੀ ਰਣ ਮੈਦਾਨ ਵਿੱਚ ਉਹ ਸਰਹੰਦ ਦੇ ਹਾਕਮ ਦਾ ਸਿਰ ਤਲਵਾਰ ਨਾਲ ਵੱਟ ਕੇ ਤੇ ਤਲਵਾਰ ਦੀ ਨੋਕ ਵਿੱਚ ਪਰੋ ਕੇ ਤੇ ਜਕਾਰਾ ਮੈਂ ਛੱਡਣਾ। ਇਹਨੂੰ ਕਹਿੰਦੇ ਦਲ ਪੰਥ, ਇਹਨੂੰ ਕਹਿੰਦੇ ਆ ਖਾਲਸਾ, ਅਣਖਾਂ ਵਾਲਾ, ਗੈਰਤ ਵਾਲਾ। ਤੇ ਅੱਜ ਭਈਏ ਸਾਡੀਆਂ ਪੱਗਾਂ ਲਾ ਰਹੇ ਆ ਤੇ ਅਸੀਂ ਕੀ ਕਰੀ ਜਾਂਦੇ ਹਾਂ? ਥੋੜਾ ਜਿਹਾ ਧਿਆਨ ਮਾਰੀਏ ਨਾ ਆਪਣੇ ਵੱਲ। ਅੱਜ ਜਿਹਦੀ ਮਰਜ਼ੀ ਪੱਗ ਨੂੰ ਹੱਥ ਪਾ ਲਿਆ ਤੇ ਪਾਉਣ ਕੌਣ ਡਿਆ ਭਈਏ? ਜਿਹਨਾਂ ਨੂੰ ਅਸਾਂ ਚੌਲ ਖਵਾਏ ਬਣਾ ਬਣਾ ਕੇ ਦੇਗਾਂ, ਜਿਹਨਾਂ ਨੂੰ ਅਸਾਂ ਲੰਗਰ ਛਕਾਏ, ਜਿਹਨਾਂ ਦੀਆਂ ਅਸਾਂ ਰੇਹੜੀਆਂ ਲਵਾਈਆਂ, ਵੀ ਕੋਈ ਗੱਲ ਨਹੀਂ, ਇੱਥੇ ਆਏ ਆ ਪ੍ਰਵਾਸੀ ਵਿਚਾਰੇ, ਇਹ ਵੀ ਰੱਜ ਕੇ ਰੋਟੀ ਖਾਣ। ਪਰ ਜੇ ਉਹਨਾਂ ਸਾਡੇ ਦੇਸ਼ ਵਿੱਚ ਆ ਕੇ ਸਾਡੀ ਗੈਰਤ ਨੂੰ ਸੱਟ ਮਾਰਨੀ ਹੈ, ਮਾਫ਼ ਕਰ ਦਿਓ, ਪਿੱਛੇ ਜੇ ਇੱਕ ਭਈਏ ਨੇ ਕਿਹਾ ਸੀਗਾ ਭਈ ਹੁਣ ਸਰਦਾਰ ਸਾਰੇ ਚਲੇ ਜਾਣੇ ਆ ਪੰਜਾਬ ਵਿੱਚੋਂ ਤੇ ਹੁਣ ਸਾਡਾ ਪੰਜਾਬ ਬਣਨਾ, ਇਹਨੂੰ ਬਿਹਾਰ ਬਣਾਵਾਂਗੇ, ਇੱਥੇ ਅਸੀਂ ਐਮ ਪੀ ਬਣਨਾ, ਐਮ ਐਲ ਏ ਬਣਨਾ, ਪਿੰਡਾਂ ਵਿੱਚ ਸਾਡੀਆਂ ਪੰਚਾਇਤਾਂ ਹੋਣਗੀਆਂ। ਕੋਈ ਨਹੀਂ ਕੁਛ ਕਿਹਾ, ਅਸੀਂ ਆਦੀ ਹੋ ਗਏ ਛਤਰ ਖਾਣ ਦੇ, ਸਾਨੂੰ ਪੈਂਦੀਆਂ ਰਹਿਣ ਤੇ ਅਸੀਂ ਉਸੇ ਤਰ੍ਹਾਂ ਢੀ ਠੋ ਕੇ ਤੁਰੇ ਜਾਂਦੇ ਹਾਂ। ਤੇ ਕੱਲ੍ਹ ਦੀ ਗੱਲ ਹੈ, ਜੰਡਿਆਲੇ ਮੰਡੀ ਵਿੱਚ ਚਿੱਟੇ ਦਾੜੇ ਵਾਲੇ ਸਰਦਾਰ ਦੀ ਪੱਗ ਲਾਈ ਇੱਕ ਭਈਏ ਨੇ ਤੇ ਬੀੜੀ ਪੀਣ ਤੋਂ ਰੋਕਿਆ। ਕਮਿਸ਼ਨਰ ਭਰਾ ਬੈਠੇ ਆ, ਕਿਰਪਾਲ ਸੋਹਣੀ ਸਾਡੇ ਮਿੱਤਰ ਨੇ, ਉਹਨਾਂ ਦਾ ਵੀ ਧੰਨਵਾਦ ਜੀ ਆ, ਉਹਨਾਂ ਦੇ ਸਾਥੀ ਆਏ ਆ। ਬਾਬਾ ਬੈਠਾ ਆਣ ਕੇ ਹੈ ਸੁੱਚਾ ਸਿੰਘ ਝੰਝੋਟੀ ਵਾਲਾ, ਤੇ ਇਹਦੀ ਪਿੱਛੇ ਜੇ ਇੱਕ ਦਿਨ ਨਾ ਵੀਡੀਓ ਪਾਈ ਸੀ ਕਿਸੇ ਵੀਰ ਨੇ ਤੇ ਮੈਨੂੰ ਵੇਖ ਕੇ ਬੜਾ ਹੋਰ ਤਰ੍ਹਾਂ ਹੋਇਆ ਮਨ ਵਿੱਚ, ਵੀ ਚਲੋ ਕਿਰਤ ਕਰਨ ਵਾਲਾ ਸਿੱਖ ਆ। ਇੱਟਾਂ ਬਣਾ ਕੇ ਦੋਵੇਂ ਜੀ ਭੱਠੇ ਤੇ ਗੁਜ਼ਾਰਾ ਕਰਦੇ ਆਪਣਾ, ਤੇ ਇਹਨੇ ਇੱਥੇ ਆਣ ਕੇ ਕੋਈ ਗੀਤ ਗਾਉਣਾ ਹੁੰਦਾ, ਕੋਈ ਸ਼ਬਦ ਗਾਉਣਾ ਹੁੰਦਾ ਤਾਂ ਉਹਦੇ ਵਿੱਚੋਂ ਜੋ ਤੁਸੀਂ ਦਿੰਦੇ ਹੋ ਤਾਂ ਗੁਜ਼ਾਰਾ ਕਰ ਲੈਂਦਾ ਸੁੱਚਾ ਸਿੰਘ। ਚੰਗੀ ਗੱਲ ਹੈ, ਸਿੱਖ ਸਿੱਧਕੀ ਵੀ ਹੋਵੇ, ਸਿੱਖ ਅਣਖੀ ਵੀ ਹੋਵੇ, ਸਿੱਖ ਬਾਣੀ ਤੇ ਬਾਣੇ ਵਾਲਾ ਹੋਵੇ ਤੇ ਸਿੱਖ ਗੁਰੂ ਦੇ ਬਖਸ਼ੇ ਤਾਜ ਦੀ ਕੀਮਤ ਨੂੰ ਸਮਝੇ। ਔਰ ਜੇ ਕੋਈ ਸਾਡੀ ਪੱਗ ਹੀ ਲਾ ਕੇ ਲੈ ਗਿਆ, ਜੇ ਕੋਈ ਸਾਡੇ ਕਕਾਰ ਹੀ ਲਾ ਕੇ ਲੈ ਜੇ, ਅਸੀਂ ਕਾਹਦੇ ਸਿੱਖਾਂ ਭਾਈ, ਅਸੀਂ ਕਾਹਦੇ ਸਿੱਖ ਖਵਾਉਂਦੇ ਹਾਂ? ਉਹ ਮੰਡੀ ਵਿੱਚ ਭਈਏ ਨੂੰ ਇੰਨੀ ਗੱਲ ਕਹੀ ਭਈ ਬੀੜੀ ਨਹੀਂ ਪੀਣੀ, ਪਾਸੇ ਹੋ ਕੇ ਪੀ। ਉਹਨੇ ਇਸੇ ਗੱਲ ਤੋਂ ਗੁੱਸੇ ਨਾਲ ਅੱਗੇ ਹੋ ਕੇ ਤੇ ਗਾਲਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ ਪੰਜਾਬੀ ਨੂੰ, ਸਰਦਾਰ ਨੂੰ, ਤੇ ਇੱਥੋਂ ਤੱਕ ਵੱਧ ਗਿਆ ਉਹਨਾਂ ਦੀ ਪੱਗ ਨੂੰ ਹੱਥ ਪਾ ਲਿਆ, ਤੁਸੀਂ ਪੱਗ ਲਾ ਦਿੱਤੀ ਤੇ ਉਹ ਵਿਚਾਰਾ ਮੁੜ ਕੇ ਬੰਨੀ ਜਾਂਦਾ। ਵੀਡੀਓ ਵੇਖ ਲਓ ਸਾਰੇ ਜਣੇ। ਅੱਜ ਉੱਥੇ ਨਿਹੰਗ ਸਿੰਘ ਪਹੁੰਚੇ ਸੀ, ਉਹਨਾਂ ਨੇ ਜਾ ਕੇ ਕੱਲ੍ਹ ਪਹੁੰਚੇ ਸੀ, ਉਹਨਾਂ ਨੇ ਇਹ ਗੱਲ ਕਹੀ ਆ ਲਲਕਾਰ ਕੇ ਵੀ ਜਿਹਨਾਂ ਨੇ ਰੱਖੇ ਆ, ਜਿਹੜੇ ਇਹਨਾਂ ਕੋਲੋਂ ਕੰਮ ਕਰਾਉਂਦੇ ਪਹਿਲਾਂ ਤੇ ਉਹਨਾਂ ਨਾਲ ਗੱਲ ਕਰਾਂਗੇ ਨਾ ਭਾਈ, ਤੁਸੀਂ ਸਾਡੇ ਸਿਰ ਤੇ ਬਿਠਾਏ ਆ ਲਿਆ ਕੇ ਤੇ ਸਾਡੀਆਂ ਹੀ ਧੀਆਂ ਭੈਣਾਂ ਨੂੰ ਗਾਲਾਂ ਕੱਢਣ, ਸਾਡੀਆਂ ਹੀ ਮਾਵਾਂ ਨੂੰ ਮਾੜਾ ਬੋਲਣ ਤੇ ਸਾਡੀਆਂ ਹੀ ਪੱਗਾਂ ਲਾਉਣ ਆ ਗਏ, ਇਹ ਸਾਡੇ ਕੀ ਲੱਗਦੇ ਆ ਭਾਈ? ਅਸੀਂ ਕਿਸੇ ਦੂਜੀ ਸਟੇਟ ਵਿੱਚ ਜਾਈਏ ਨਾ ਤੇ ਚੁੱਪ ਕਰਕੇ ਉਹ ਸਟੇਟ ਦੇ ਰੂਲ ਫੋਲੋ ਕਰੀਦੇ ਆ। ਆ ਹੁਣ ਮੈਂ ਇੰਗਲੈਂਡ ਗਿਆ ਸੀ, 15 ਤਰੀਕ ਨੂੰ ਅਸੀਂ ਵਾਪਸ ਆਏ ਸੀ ਤੇ ਇੰਗਲੈਂਡ ਵਿੱਚ ਜਿੰਨਾ ਕੁ ਚਿਰ ਅਸੀਂ ਰਹੇ ਤੇ ਉਹਨਾਂ ਦੇ ਰੂਲ ਮੁਤਾਬਕ ਚੱਲਣਾ ਪੈਂਦਾ। ਉੱਥੇ ਇਹ ਨਹੀਂ ਵੀ ਜਿਹੜਾ ਮਰਜ਼ੀ ਆਪਣਾ ਵਾਂਝਾ ਵਾਹੀ ਫਿਰੇ, ਜੋ ਇੱਥੇ ਅਸੀਂ ਕਰਦੇ ਹੋ ਕਰਦੇ ਫਿਰੀਏ, ਨਹੀਂ, ਉਹਨਾਂ ਦੇ ਮੁਤਾਬਕ ਚੱਲਣਾ ਪਊਗਾ। ਨਹੀਂ ਤੇ ਅਗਲੇ ਉਸੇ ਵੇਲੇ ਕਹਿਣਗੇ ਵੀ ਇਹਨਾਂ ਦੀ ਟਿਕਟ ਕਰਾਓ ਓਕੇ ਤੇ ਸੁੱਟੋ ਇਹਨਾਂ ਨੂੰ ਇੰਡੀਆ, ਸਾਡੀ ਗੱਲ ਹੀ ਨਹੀਂ ਮੰਨਦੇ। ਪਰ ਇੱਕ ਆ ਇੰਡੀਆ ਕੰਟਰੀ ਇਹੋ ਜਿਹੀ ਹੈ, ਖਾਸ ਕਰਕੇ ਪੰਜਾਬ, ਜਿੱਥੇ ਜਿਹੜਾ ਮਰਜ਼ੀ ਆ ਕੇ ਜੋ ਮਰਜ਼ੀ ਖਰੀਦ ਲਵੇ, ਕੋਠੀ ਪਾ ਲਏ, ਇੰਡਸਟਰੀ ਲਾ ਲੈ, ਮਕਾਨ ਬਣਾ ਲਏ, ਪੈਲੀ ਖਰੀਦ ਲਵੇ,
ਕੋਈ ਕਿਸੇ ਉੱਤੇ ਰੋਕ ਟੋਕ ਨਹੀਂ ਤੇ ਉਹ ਸਾਡੀਆਂ ਧੀਆਂ ਭੈਣਾਂ ਨੂੰ ਲੰਘਦੀਆਂ ਨੂੰ ਬੁਰੀ ਨਜ਼ਰ ਨਾਲ ਵੇਖਣ, ਅਸੀਂ ਤਾਂ ਵੀ ਲੋਕ ਢੀਠ ਹੋਏ ਤੁਰੇ ਫਿਰਦੇ ਹਾਂ। ਮੈਂ ਕਿਸੇ ਨੂੰ ਇਹ ਨਹੀਂ ਕਹਿ ਰਿਹਾ ਵੀ ਭਈਏ ਦਾ ਸਿਰ ਪਾੜ ਦਿਓ, ਮੈਂ ਕਹਿੰਦਾ ਵੀ ਥੋੜ੍ਹਾ ਜਿਹਾ ਜਾਗੋ। ਇਹ ਦਸਤਾਰ ਕਿੰਨੀ ਮਹਿੰਗੀ ਮਿਲੀ ਆ, ਆਹ ਦਸਤਾਰਾਂ ਵਾਲਿਆਂ ਦੀ ਗੱਲ ਆ ਨਾ, ਥੋੜ੍ਹੀ ਜਿਹੀ ਸੁਣ ਲਿਓ ਗੱਲ। ਅਬਦਾਲੀ ਨੇ ਵੱਡੇ ਘੱਲੂ ਘਾਰੇ ਵਿੱਚ, ਮੇਰੀਆਂ ਭੈਣਾਂ ਮੇਰੇ ਵੀਰ ਚੇਤੇ ਰੱਖਿਓ, 35,000 ਸਿੱਖਾਂ ਦਾ ਬਾਲ ਬੱਚਾ ਮਾਰਿਆ। ਬੀਬੀਆਂ ਵਿਚਾਰੀਆਂ ਭੱਜ ਕੇ ਖੇਤਾਂ ਵਿੱਚ ਲੁਕੀਆਂ ਤੇ ਸੁੱਕੇ ਹੋਏ ਨੜੇ ਤੇ ਚਰੀ ਉਹਦੀਆਂ ਪੰਡਾਂ ਬੰਨ ਕੇ ਤੇ ਲੋਕਾਂ ਨੇ ਉਸ ਵੇਲੇ ਮਨਾਰੇ ਲਾਏ ਹੋਏ ਸੀ। ਉਹ ਬੀਬੀਆਂ ਵਿਚਾਰੀਆਂ ਭੱਜ ਕੇ ਉਸ ਖੇਤ ਵਿੱਚ ਵੜ ਗਈਆਂ। ਅਬਦਾਲੀ ਨੇ ਕੀ ਕੀਤਾ, ਬੀਬੀਓ ਚੇਤੇ ਰੱਖੋ, ਐਵੇਂ ਨਹੀਂ ਖਾਲਸਾ ਕੋਈ ਸ਼ੌਂਕੀ ਨਹੀਂ ਸੀ ਵੀ ਲੜਨ ਦਾ, ਤਲਵਾਰਾਂ ਚਲਾਉਣ ਦਾ, ਅਣਖੀ ਸੀ, ਗੈਰਤਮੰਦ ਸੀ। ਇਹ ਜੈਨ ਖਾਨ ਨੇ ਸਭ ਕੁਝ ਕਰਵਾਇਆ ਸੀ। ਅਬਦਾਲੀ ਦੀ ਕਮਾਂਡ ਥੱਲੇ ਉਹ ਜਿਹੜੀਆਂ ਬੀਬੀਆਂ ਲੁਕੀਆਂ ਸੀ ਜਿਹੜੀਆਂ ਖੇਤਾਂ ਵਿੱਚ, ਜੈਨ ਖਾਨ ਕਹਿੰਦਾ ਉਹ ਚਾਰ ਚਫੇਰਿਓ ਘੇਰਾ ਪਾਓ ਤੇ ਇਸੇ ਖੇਤ ਨੂੰ ਅੱਗ ਲਾ ਦਿਓ, ਵਿੱਚੇ ਹੀ ਸਾੜ ਕੇ ਮਾਰਾਂਗੇ, ਇੱਕ ਵੀ ਬਾਹਰ ਨਾ ਨਿਕਲ ਸਕੇ। ਦੁੱਖ ਆਉਂਦਾ ਏਡਾ ਵੱਡਾ ਸਾਡੀ ਕੌਮ ਉੱਤੇ ਦੁਖਾਂਤ ਵਾਪਰਿਆ, ਉਹ ਬੀਬੀਆਂ ਨੂੰ ਅੱਗ ਲਾ ਕੇ ਚਾਰ ਚਫੇਰੇ ਕਹਿਰਾਂ ਦੀ ਅੱਗ ਮੱਚ ਰਹੀ ਸੀ, ਇੱਕ ਵੀ ਬੀਬੀ ਨੂੰ ਉਸ ਭੈਣ ਨੂੰ ਖੇਤਾਂ ਵਿੱਚੋਂ ਨਿਕਲ ਨਹੀਂ ਦਿੱਤਾ। ਜੇ ਵਿਚਾਰੀ ਭੱਜ ਕੇ ਆਪਣੀ ਜਾਨ ਬਚਾਉਣ ਵਾਸਤੇ ਇਹਨਾਂ ਵੱਲ ਨੂੰ ਆਈ, ਤਲਵਾਰ ਦੀ ਧਾਰ ਲੰਘਾ ਕੇ ਉਹਨੂੰ ਵੀ ਟੁਕੜੇ ਕਰਕੇ ਸੁੱਟ ਦਿੱਤਾ, ਸਾਰੀਆਂ ਬੀਬੀਆਂ ਨੂੰ ਖੇਤ ਵਿੱਚ ਅੱਗ ਲਾ ਕੇ ਸਾੜ ਕੇ ਮਾਰ ਦਿੱਤਾ ਸੀ। ਗੱਲ ਇੱਥੇ ਮੁੱਕਦੀ ਨਹੀਂ, ਇਹਨਾਂ ਜ਼ਾਲਮਾਂ ਨੇ ਜਿਹੜੀਆਂ ਗਰਭਵਤੀ ਬੀਬੀਆਂ ਸਨ, ਮਾਫ ਕਰ ਦਿਓ ਸਾਡੀਆਂ ਭੈਣਾਂ ਬੈਠੀਆਂ, ਮਾਵਾਂ ਬੈਠੀਆਂ, ਇਹ ਗੱਲ ਬੱਚਿਆਂ ਨੂੰ ਜਨਮ ਦੇਣ ਵਾਲੀ ਜਿਹੜੀ ਮਾਂ ਸੀ ਉਹਦੇ ਪੇਟ ਵਿੱਚ ਨੇਜਾ ਮਾਰਿਆ, ਇੱਕ ਦੇ ਨਹੀਂ ਕਈਆਂ ਦੇ, ਜਦੋਂ ਪੇਟ ਪਾਟ ਗਿਆ ਉਹ ਵਿਚਾਰੀ ਧਰਤੀ ਉੱਤੇ ਡਿੱਗੀ ਤੇ ਜਿਹਨੂੰ ਅੱਜ ਸੋਧਣ ਵਾਸਤੇ ਸਰਦਾਰ ਜੱਸਾ ਸਿੰਘ ਗਿਆ ਨਾ, ਇਹ ਪਤਾ ਕੀ ਕਹਿੰਦਾ ਸੀ, ਕਹਿੰਦਾ ਸੀ ਇਸੇ ਬੀਬੀ ਦਾ ਪੇਟ ਬਰਛੇ ਨਾਲ ਚਾਕ ਕਰਕੇ ਇਹਦੇ ਵਿੱਚ ਪਲ ਰਿਹਾ ਬੱਚਾ ਨੇਜੇ ਵਿੱਚ ਪਰੋ ਕੇ ਬਾਹਰ ਕੱਢਿਆ ਜਾਏ ਇਹਦੇ ਪੇਟ ਵਿੱਚੋਂ। ਮੈਨੂੰ ਮਾਫ਼ ਕਰ ਦਿਓ, ਕੁਝ ਗੱਲਾਂ ਇਹੋ ਜਿਹੀਆਂ ਆਉਂਦੀਆਂ ਦੱਸਣ ਲੱਗਿਆਂ ਵੀ ਮਨ ਭਰ ਆਉਂਦਾ, ਕਿਸੇ ਦੁਸ਼ਮਣ ਨਾਲ ਵੀ ਐਸਾ ਨਾ ਵਾਪਰੇ, ਕਿਸੇ ਵੱਡੇ ਤੋਂ ਵੱਡੇ ਵੈਰੀ ਨਾਲ ਵੀ ਇਹੋ ਜਿਹਾ ਕਾਰਨਾਮਾ ਨਾ ਹੋਵੇ ਜਿਹੜਾ ਖਾਲਸਿਆਂ ਨੇ ਆਪਣੀ ਛਾਤੀ ਧਿਆਨ ਹੈ, ਖਾਸ ਕਰਕੇ ਸਾਡੀਆਂ ਭੈਣਾਂ ਨੇ ਮਾਵਾਂ ਨੇ। ਅੱਗੇ ਅੱਗੇ ਵਿਚਾਰੀਆਂ ਜਾ ਰਹੀਆਂ ਸਨ, ਸਿੱਖ ਲੜਦੇ ਅਬਦਾਲੀ ਨਾਲ, ਬੀਬੀਆਂ ਨੂੰ ਧਰਤੀ ਤੇ ਸੁੱਟਿਆ ਗਿਆ। ਉਹ ਬੀਬੀਆਂ ਜਿਨ੍ਹਾਂ ਦੇ ਕੁੱਖ ਵਿੱਚ ਬੱਚੇ ਪਲ ਰਹੇ ਸਨ, ਇਤਿਹਾਸ ਗਵਾਹ, ਪੇਟ ਪਾੜ ਕੇ ਤੜਫ ਰਹੀਆਂ ਬੀਬੀਆਂ ਦੀ ਕੁੱਖ ਵਿੱਚੋਂ ਬੱਚਾ ਨੇਜੇ ਵਿੱਚ ਪਰੋ ਕੇ ਬਾਹਰ ਕੱਢ ਕੇ ਉੱਚਾ ਕਰਕੇ ਕਹਿ ਰਿਹਾ ਸੀ ਆਹ ਸਿੱਖਾਂ ਦੀ ਬਿੰਦ ਹੈ, ਇਹਨਾਂ ਨੇ ਵੱਡੇ ਹੋ ਕੇ ਸਾਨੂੰ ਵਕਤ ਪਾਉਣਾ, ਇਹਨਾਂ ਨੂੰ ਪਤਾ ਕਿਵੇਂ ਮਾਰਨਾ। ਤੇ ਜੈਨ ਖਾਨ ਹੱਥ ਵਿੱਚ ਫੜ ਕੇ ਬੱਚਾ ਪਟਕਾ ਕੇ ਧਰਤੀ ਉੱਤੇ ਮਾਰਦਾ। ਜਦੋਂ ਉਸ ਬੱਚੇ ਦਾ ਪਟਾਕਾ ਪੈਂਦਾ ਸੀ ਤੇ ਉਦੋਂ ਜ਼ਾਲਮ ਖਿੜ ਖਿੜ ਕੇ ਹੱਸਦੇ ਸਨ, ਕਹਿੰਦੇ ਸਿੱਖ ਮਕਾ ਰਹੇ ਜਿਨ੍ਹਾਂ ਨੇ ਜਨਮ ਲੈਣਾ, ਕਹਿੰਦੇ ਜਨਮ ਲੈ ਕੇ ਤੇ ਮਰੇ ਵੇਖੇ, ਆਹ ਜਨਮ ਲੈ ਕੇ ਹੀ ਵੱਡੇ ਹੋਏ ਹਨ, ਤੇ ਜਨਮ ਲੈ ਕੇ 4 ਸਾਲ ਹੰਢਾ ਕੇ ਵੀ ਤੁਰ ਗਏ ਮਾਰ ਦਿੱਤੇ, ਪਰ ਜਨਮ ਲੈਣ ਤੋਂ ਪਹਿਲਾਂ ਹੀ ਅਸਾਂ ਨੇ ਇਸ ਤੋਂ ਨਬੂਦ ਕਰ ਦੇਣੇ ਹੈ। ਏਡਾ ਜ਼ੁਲਮ ਕੀਤਾ ਸੀ ਅਹਿਮਦ ਸ਼ਾਹ ਅਬਦਾਲੀ ਨੇ ਤੇ ਇਸ ਜੈਨ ਖਾਨ ਨੇ ਜਿਹੜਾ ਸਰਹੰਦ ਦਾ ਨਵਾਬ ਬਣ ਕੇ ਬੈਠਾ ਸੀ। ਅੱਜ ਖਾਲਸਾ ਗਿਆ, ਟਾਈਮ ਨਹੀਂ ਇੰਨਾ, ਮੈਂ ਬੇਨਤੀ ਕਰਨੀ ਚਾਹੁੰਦਾ ਅੱਜ ਉਹਨੂੰ ਵੰਗਾਰ ਕੇ ਸਰਦਾਰ ਜੱਸਾ ਸਿੰਘ ਆਲੂ ਵਾਲੀਆ ਕੌਮ ਦਾ ਜਥੇਦਾਰ, ਉਹ ਕਹਿੰਦਾ ਉਹ ਜੈਨ ਖਾਨ
ਅਬਦਾਲੀ ਨੇ ਬਾਰ ਬਾਰ ਕੀਤੇ ਸਿੱਖਾਂ ਉੱਤੇ ਹਮਲੇ। ਅਸਾਂ ਹਮਲਿਆਂ ਦਾ ਮੁਕਾਬਲਾ ਕੀਤਾ, ਜਵਾਬ ਦਿੱਤਾ ਤੇ ਝੁਰਦੇ ਨਹੀਂ ਭਈ ਕਿਹਦਾ ਬਾਪ ਨਹੀਂ ਰਿਹਾ, ਕਿਹਦਾ ਪੁੱਤ ਨਹੀਂ ਰਿਹਾ, ਕਿਹਦੀ ਧੀ ਰਹੀ, ਕੀ ਹੋ ਗਿਆ। ਅਸੀਂ ਤੇ ਇਹ ਗੱਲ ਕਹਿੰਦੇ ਹਾਂ ਭਈ ਮਹਾਰਾਜ ਇਹ ਕਿਰਪਾ ਕਰੋ ਵੀ ਅਬਦਾਲੀ ਕਿਤੇ ਚਲਿਆ ਨਾ ਜਾਵੇ, ਸਾਡੇ ਦੇਸ਼ ਵਿੱਚੋਂ ਸੁੱਕਾ ਨਾ ਜਾਵੇ, ਹਿਸਾਬ ਕਿਤਾਬ ਕਰਕੇ ਇਹਨੂੰ ਡਾਂਗ ਫੇਰ ਕੇ ਤੇ ਫੇਰ ਇਸ ਦੇਸ਼ ਵਿੱਚੋਂ ਤੋਰਾਂਗੇ। ਅਜੇ ਗੁਰੂ ਕਾ ਖਾਲਸਾ ਜਿਉਂਦਾ, ਗੁਰੂ ਕਾ ਖਾਲਸਾ ਮਰਿਆ ਨਹੀਂ, ਇਹ ਖਾਲਸੇ ਨੇ ਬਹਿ ਕੇ ਮਤਾ ਪਕਾਇਆ। ਚਾਰ ਚ ਫੇਰੇ ਨਗਾਰਿਆਂ ਤੇ ਲੱਗੀਆਂ ਚੋਟਾਂ, ਚੜੇ ਸੂਰਮੇ ਨਗਾਰੇ ਚੋਟਾਂ ਮਾਰ ਕੇ ਆ ਤੱਕਿਓ ਜਰਾ, ਇੱਕ ਪਾਸੋਂ ਨਿਕਲਿਆ ਜੈਨ ਖਾਨ ਸਰਹੰਦ ਦੇ ਬਾਰ ਬਾਰ, ਦੂਜੇ ਪਾਸੇ ਸਰਦਾਰ ਜੱਸਾ ਸਿੰਘ ਆਲੂਵਾਲੀਆ, ਸਰਦਾਰ ਸਰਦਾਰ ਥਰਾਜ ਸਿੰਘ ਤੇ ਸਰਦਾਰ ਹਰੀ ਸਿੰਘ ਭੰਗੀ ਵਰਗੇ ਸੂਰਮੇ ਕੌਮ ਦੇ ਜਥੇਦਾਰ, ਜਿਨ੍ਹਾਂ ਦਾ ਨਾਮ ਲਈਏ ਤੇ ਇੱਕ ਵਾਰ ਰੋਹ ਚੜ੍ਹ ਜਾਂਦਾ, ਹਰੀ ਸਿੰਘ ਭੰਗੀ ਵਰਗੇ ਉਹ ਸੂਰਮੇ ਹੈ, ਚੜ੍ਹਤ ਸਿੰਘ ਵਰਗੇ ਮਹਾਰਾਜਾ ਰਣਜੀਤ ਸਿੰਘ ਦੇ ਵੱਡਿਆਂ ਵਡੇਰਿਆਂ ਦੀ ਸੂਰਬੀਰਾਂ ਨੇ ਮਾਰੀਆਂ ਨਗਾਰਿਆਂ ਉੱਤੇ ਚੋਟਾਂ। ਚਾਰ ਚ ਫੇਰਿਓ ਸਤਿ ਸ੍ਰੀ ਅਕਾਲ ਦੇ ਜਕਾਰੇ ਗੂੰਜੇ, ਖਾਲਸਾ ਪੜ੍ਹ ਰਿਹਾ ਸੀ ਰਾਜ ਕਰੇਗਾ ਖਾਲਸਾ, ਉਹ ਚਾਰ ਚ ਫੇਰਿਓ ਗੂੰਜਾ ਪੈ ਰਹੀਆਂ ਸਨ ਝੂਲ ਤੇ ਨਿਸ਼ਾਨ ਰਹੇ ਪੰਥ ਮਹਾਰਾਜ ਕੇ। ਇੱਕੇ ਵਾਰ ਖਾਲਸਾ ਨੇ ਦੇ ਕੇ ਤਰਤੀਬ ਸਰਹੰਦ ਦੇ ਦੁਆਲੇ, ਖਾਲਸਾਈ ਫੌਜਾਂ ਨੇ ਕੇਸਰੀ ਨਿਸ਼ਾਨ ਸਾਹਿਬ ਲਹਿਰਾ ਕੇ ਦੂਜੇ ਪਾਸਿਓ ਹਜ਼ਾਰਾਂ ਦੀ ਗਿਣਤੀ ਵਿੱਚ ਜੈਨ ਖਾਨ ਉਹਦੇ ਨਾਲ ਦੇ ਸਾਥੀ ਨਿਤਰੇ ਜੰਗ ਦੇ ਮੈਦਾਨ ਵਿੱਚ ਲਕਾਰ ਕੇ ਵੰਗਾਰ ਕੇ ਗੁਰੂ ਕਾ ਖਾਲਸੇ ਨੇ ਪੜਿਆ ਗਗਨ ਤਮਾਮਾ ਬਾਜਿਓ, ਪੜਿਆ ਨਿਸ਼ਾਨੇ ਕਹੋ ਖੇਤ ਚੋ ਮੰਡਿਓ ਸੂਰਮਾ ਆਪ ਜੂਝ ਕੋ ਦਾਓ ਕਹਿ ਕੇ ਬਲੀ ਬਹਾਦਰ ਸੂਰਮਿਆਂ ਨੇ ਮੁਗਲਾਂ ਉੱਤੇ ਆਪਣੇ ਵੱਲੋਂ ਭਰਮੇ ਵਾਰ ਕਰਦੇ ਨੇ, ਇਹ ਜੰਗ ਲੜਿਆ ਵੈ। ਚਲੀਆਂ ਮੈਦਾਨ ਚ
ਆਪਾਂ ਚੱਲੀਆਂ ਮੈਦਾਨ ਚ ਤੇ ਜਮੀ ਅਸਮਾਨ ਹਿਲਾ ਖਿੜੇ ਮੱਥੇ ਤਲਵਾਰ ਢਾਲ ਚੁੰਮਦੀ ਜਿਨ੍ਹਾਂ ਨੇ ਸਰਹੰਦ ਫਤਿਹ ਕਰ ਦਿੱਤੀ ਤੇ ਚਾਰ ਚਫੇਰਾ ਇੱਟ ਨਾਲ ਇੱਟ ਵਜਾ ਦਿੱਤੀ, ਜਿਹੜੀ ਸਾਰੇ ਹਿੰਦੁਸਤਾਨ ਦਾ ਸਿਰ ਮੰਨਿਆ ਜਾਂਦਾ ਸੀ ਨਾ, ਉਹ ਸਿਰ ਵੱਢ ਕੇ ਗੁਰੂ ਕੇ ਖਾਲਸੇ ਨੇ ਰੱਖ ਦਿੱਤਾ। ਇੱਕ ਵਾਰ ਫਤਿਹ ਦੇ ਝੰਡੇ ਗੱਡ ਦਿੱਤੇ ਤੇ ਚਾਰ ਚਫੇਰੇ ਗੂੰਜਾਂ ਪੈ ਗਈਆਂ, ਰਾਜ ਕਰੇਗਾ ਖਾਲਸਾ,
ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਦੇ ਜਕਾਰੇ ਗੂੰਜ ਰਹੇ ਸਨ। ਗੁਰੂ ਕੇ ਖਾਲਸੇ ਨੇ ਵੱਡੇ ਘੱਲੂਘਾਰੇ ਦਾ ਬਦਲਾ ਲਿਆ, ਜੈਨ ਖਾਂ ਨੂੰ ਮਾਰ ਕੇ ਲਾਗੇ ਲਾਗੇ ਕਿੰਨੇ ਹਾਕਮਾਂ ਨੂੰ ਸੋਧਿਆ। ਕਦੇ ਫਿਰ ਸਮਾਂ ਬਣਿਆ, ਕਹਿਣ ਦਾ ਯਤਨ ਕਰਾਂਗੇ। ਨਿਯਤ ਕੀਤਾ ਸਮਾਂ ਸੀ 3 ਵਜੇ ਤੱਕ, 5 ਮਿੰਟ ਉੱਪਰ ਚਲੇ ਗਏ। ਵੀਰ ਉਪਕਾਰ ਸਿੰਘ ਹੋਰਾਂ ਨੇ ਮੈਨੂੰ ਇੱਕ ਹੁਕਮ ਕੀਤਾ ਸੀ, ਉਹਨਾਂ ਕੋਲੋਂ ਅੱਜ ਮਾਫ਼ੀ ਮੰਗ ਲਵਾਂਗੇ, ਸਮਾਂ ਜ਼ਿਆਦਾ ਹੋ ਗਿਆ। ਮੈਨੂੰ ਕਹਿੰਦੇ ਸੀ ਵੀ ਸੰਤਾਂ ਵਾਲੀ ਵਾਰ ਜ਼ਰੂਰ ਸੁਣਾ ਦਿਓ, ਪਰ ਇਹ ਇਤਿਹਾਸ ਹੀ ਇੰਨਾ ਲੰਬੇਰਾ ਹੈ, ਇੰਨਾ ਵਿਸ਼ਾਲ ਹੈ ਕਿ 2-2.5 ਘੰਟੇ ਸਮਾਂ ਵੀ ਥੋੜ੍ਹਾ ਪੈ ਜਾਂਦਾ ਹੈ। ਇਹੋ ਜਿਹੇ ਸੂਰਬੀਰਾਂ ਦੀ ਗਾਥਾ ਸਟੇਜ ਉੱਤੋਂ ਕਹਿੰਦੇ ਹੋਈਏ ਸਮਾਂ ਲੱਗ ਜਾਂਦਾ ਹੈ। ਮੈਂ ਆਪਣੇ ਵੱਲੋਂ ਪ੍ਰਧਾਨ ਜੀ ਹੋਰਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ, ਉਹਨਾਂ ਨੇ, ਉਹਨਾਂ ਦੇ ਨਾਲ ਸਾਥੀ ਸਿੰਘਾਂ ਨੇ, ਸਾਰਿਆਂ ਨੇ, ਪੂਰੀ ਟੀਮ ਨੇ ਬਹੁਤ ਵਧੀਆ ਕਾਰਜ ਕੀਤਾ ਹੈ।